अमेरिकन राष्ट्रपति ने बोला से के पावर करप्ट्स यू एंड एब्सोल्यूट पावर करप्ट्स यू एब्सोल्यूट। जदों तुसी पुलिस मुखी हाँ जिले के मुखी हाँ तो तुहाडा डंडा चलता है। 90% पंजाबियों का सुपना रहिंदा कि उन्होंने वड्डे शहर च घर होवे ते जदों तुसी वड्डे अफसर बन जाने फिर तुहाडे जिहड़ा वड्डा शहर है वह चंडीगढ़ ही बन जाता। हर गली दे विच होके ने हर घर दे विचो चीख है उंज हाकम कहिंदे ने कि माहौल ठीक है क्योंकि हर पासे जिथे मर्जी तुसी देख लो कदे कोई गैंगवार होंदी है ते गोलियां चलदियां ने किते कोई शरेआम राह जांदे ने मोटरसाइकिल ते गोलियां मार के आम जी गल हो गई गोलियां। सरहदों में बहुत तनाव है पता करो तो शहर में चुनाव है। सो साडे हालात इहो जिहे हो गए। इस सरकार ने सौं खाधी सी चोणां लड़दिआं दौरान ही चोणां जित्तण तों पहलां ही कि असीं बहुत जल्दी जिहड़ा नशे दा जिहड़ा मैनेंस जिहड़ा रैकेट है उहनूं खतम कर देंगे। पर एक गल दुरुस्त है कि पंजाब दे विचों जिहड़ा नशा आ उह ना ते कुछ घटिया लगदा ते ना ही उह खत्म होंदा जा। देखो जिहड़ा मुद्दा रसूल नूं छड्या गया ਇਹ ਹੁਣ ਇਹ ਨਹੀਂ ਪਤਾ ਕਿ ਉਹਨਾਂ ਦੀ ਆਪਣੀ ਪੂਰੀ ਕਾਨੂੰਨੀ ਪ੍ਰਕਿਰਿਆ ਹੈ ਅਤੇ ਜਾਂ ਫਿਰ ਤਾਲਿਬਾਨ ਨੂੰ ਜੀ ਆਇਆਂ ਨੂੰ ਆਖਦੇ ਹਨ ਉੱਥੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜਾਂ ਹੁਣ ਤੁਸੀਂ ਰਾਜ ਭੋਗ ਲਓ। ਲੋਕਾਂ ਦੇ ਮਨ ਜਿੱਤਣੇ ਜਿਹੜੇ ਆ ਇਹ ਬੜੇ ਔਖੇ ਹੁੰਦੇ ਨੇ ਕਿਸੇ ਵੀ ਹਾਕਮ ਦੇ ਲਈ ਚਾਹੇ ਉਹ ਤਾਨਾਸ਼ਾਹ ਹੋਵੇ ਚਾਹੇ ਲੋਕਤੰਤਰਿਕ ਤਰੀਕੇ ਦੇ ਨਾਲ ਬਣ ਕੇ ਆਇਆ ਹੋਵੇ। ਫਿਰ ਤਾਲਿਬਾਨ ਦਾ ਤਾਂ ਪਹਿਲਾਂ ਵੀ ਕਾਫੀ ਜ਼ਿਆਦਾ ਡਰ ਰਹਿ ਚੁੱਕਾ ਲੋਕਾਂ ਦਾ। ਪਾਕਿਸਤਾਨ ਦਾ ਅਤੇ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਆ ਉੱਥੇ ਕੁਝ ਅਜਿਹੇ ਇਲਾਕੇ ਵੀ ਹਨ ਜਿੱਥੇ ਬਾਰਡਰ ਨਾਂ ਦੀ ਕੋਈ ਚੀਜ਼ ਨਹੀਂ। ਅਫਗਾਨੀ ਅਤੇ ਪਾਕਿਸਤਾਨੀ ਇੱਧਰ ਉੱਧਰ ਵੈਸੇ ਹੀ ਜਾਂਦੇ ਰਹਿੰਦੇ ਨੇ। ਇਸੇ ਇਹਨਾਂ ਚੀਜ਼ਾਂ ਕਰਕੇ ਹੀ ਹਾਲੇ ਤੱਕ ਅਸੀਂ ਤੀਸਰੀ ਦੁਨੀਆ ਦੇ ਦੇਸ਼ ਕਹਾਉਂਦੇ। ਜਦੋਂ ਇੰਡੀਆ ਦੀ ਮੂਰਤੀ ਦੇਖਦੇ ਹਾਂ ਔਰ ਉਹ ਮੂਰਤੀ ਜਿਹੜੀ ਹੈ ਉਹ ਵੀ ਇੱਕ ਔਰਤ ਦਾ ਪ੍ਰਤੀਕ ਹੈ ਠੀਕ ਹੈ ਨਾ। ਔਰ ਇਸ ਵੇਲੇ ਜਦੋਂ ਜੱਜ ਬਣ ਜਾਣੀ ਹੈ ਸਾਡੀ ਮਹਿਲਾ ਜੱਜ ਜਿਹੜੀ ਹੋਣੀ ਹੈ ਉਹ ਵੀ ਬਹੁਤ ਚੰਗੀ ਗੱਲ ਹੈ। 47 ਲੱਖ ਤੋਂ ਜ਼ਿਆਦਾ ਮਾਮਲੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਵਿੱਚ ਲੰਬਿਤ ਪਏ ਨੇ ਉੱਥੇ ਪ੍ਰੋਸੈਸ ਇੰਨਾ ਸਲੋ ਚੱਲ ਰਿਹਾ। ਸਲੋ ਚੱਲਣ ਦੀ ਮੇਨ ਵਜ੍ਹਾ ਇਹੀ ਆ ਕਿ ਜੱਜਾਂ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਬਹੁਤ ਦੇਰ ਨਾਲ ਭਰੀਆਂ ਜਾਂਦੀਆਂ ਨੇ ਬਹੁਤ ਸਲੋ ਪ੍ਰੋਸੈਸ ਆ। ਤਰੱਕੀ ਆ ਇਸ ਤਰੱਕੀ ਨੇ ਸਾਡਾ ਪਾਣੀ ਸਾਡੇ ਕੋਲੋਂ ਖੋਹ ਰਿਹਾ। ਇਕੱਲੇ ਕਿਸਾਨ ਜ਼ਿੰਮੇਵਾਰ ਨੇ ਇਹ ਫੈਕਟਰੀਆਂ ਵਾਲੇ ਠੀਕ ਹੈ ਬਹੁਤ ਵੱਡੇ ਪੱਧਰ 'ਤੇ ਕੈਮੀਕਲ ਜਿਹੜਾ ਹੈਗਾ ਆ ਉਹ ਜ਼ਮੀਨ ਦੇ ਵਿੱਚ ਪਾ ਰਹੇ ਨੇ ਪਾਣੀਆਂ ਦੇ ਵਿੱਚ ਪਾ ਰਹੇ ਨੇ ਔਰ ਉਹ ਜਾਣਾ ਕਿੱਥੇ ਧਰਤੀ ਹੇਠੀ ਜਾਣਾ। ਸਤਿ ਸ਼੍ਰੀ ਅਕਾਲ ਪੰਜਾਬੀ ਨੈਸ਼ਨਲ ਟੀਵੀ 'ਤੇ ਮੈਂ ਹਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਸੁਮੇਧ ਸੈਣੀ ਦੀ ਗ੍ਰਿਫਤਾਰੀ ਕਿਵੇਂ ਹੋਈ ਪਾਕਿਸਤਾਨ ਵੱਲੋਂ ਕਿਉਂ ਖੋਲ੍ਹ ਦਿੱਤਾ ਗਿਆ ਵਾਹਗਾ ਬਾਰਡਰ ਅਤੇ ਅਫਗਾਨਿਸਤਾਨ ਵਿੱਚ ਕਿਉਂ ਚੱਲੀਆਂ ਗੋਲੀਆਂ ਇਹਨਾਂ ਅਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਤੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਦੋ ਐਕਸਪਰਟ ਜਿਨ੍ਹਾਂ ਨਾਲ ਅਸੀਂ ਤੁਹਾਡਾ ਤਾਰਫ ਕਰਵਾਉਂਦੇ ਹਾਂ। ਸਭ ਤੋਂ ਪਹਿਲਾਂ ਨੇ ਜੀ ਅੰਮ੍ਰਿਤ ਸ਼ਰਮਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਤੇ ਨਾਲ ਸਾਡੇ ਨਾਲ ਨੇ ਜੀ ਚਰਨਜੀਤ ਜੋਗੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ। ਥੈਂਕ ਯੂ ਸਰ। ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਪੰਜਾਬ ਦੀ ਜਿਹੜੀ ਇੱਕ ਬਹੁਤ ਤਰਥੱਲੀ ਮੱਚੀ ਹੋਈ ਹੈ ਕਾਫੀ ਦੇਰ ਤੋਂ ਮੱਚੀ ਹੋਈ ਸੀ ਕਿ ਕਿੱਥੇ ਗਾਇਬ ਹੋ ਗਏ ਪੰਜਾਬ ਦੇ GDP ਤੇ DGP। GDP ਤਾਂ ਪਤਾ ਨਹੀਂ ਲੱਭਣੀ ਕਿ ਨਹੀਂ ਲੱਭਣੀ ਪਰ DGP ਕੱਲ੍ਹ ਜ਼ਰੂਰ ਲੱਭ ਗਏ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਅਤੇ ਕੀ ਕਹਿਣਾ ਚਾਹੋਗੇ ਤੁਸੀਂ ਸਾਬਕਾ DGP ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਬਾਰੇ? ਦੇਖੋ ਜਦੋਂ ਤੁਸੀਂ ਰਾਈਜ਼ ਕਰਦੇ ਆ ਜਦੋਂ ਤੁਸੀਂ ਉੱਪਰ ਜਾਂਦੇ ਆ ਤੁਸੀਂ ਇੱਕ ਆਫੀਸ਼ੀਏਟ ਕਰਦੇ ਆ SSP ਹੁੰਦੇ ਆ IPS ਦਾ ਟੈਸਟ ਪਾਸ ਕਰਦੇ ਆ ਫਿਰ ਤੁਸੀਂ ਉਹ ਕਰਦਿਆਂ ਇੱਕ ਪੰਜਾਬ ਦੇ ਐਸੇ ਦੌਰ ਦੇ ਵਿੱਚ ਤੁਸੀਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨੂੰ ਰਿਪ੍ਰੈਜ਼ੈਂਟ ਕੀਤਾ ਪੁਲਿਸ ਮੁਖੀ ਦੇ ਤੌਰ 'ਤੇ ਜਦੋਂ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਸੀ ਫਿਰ ਜਦੋਂ ਤੁਸੀਂ ਇਹੋ ਜਿਹੇ ਕੰਮ ਕਰਦੇ ਆ ਅਤੇ ਹਰਪ੍ਰੀਤ ਜੀ ਤੁਹਾਨੂੰ ਇੱਕ ਗੱਲ ਯਾਦ ਆਉਣੀ ਆ ਉਹ ਕਹਿੰਦੇ ਕਿ ਤਪੋਂ ਰਾਜ ਅਤੇ ਰਾਜੋਂ ਨਰਕ। ਬਿਲਕੁਲ। ਅਤੇ ਇੱਦਾਂ ਹੀ ਇੱਕ ਕਹਾਵਤ ਹੋਰ ਬੋਲੀ ਜਾਂਦੀ ਆ ਅਮੈਰੀਕਨ ਰਾਸ਼ਟਰਪਤੀ ਨੇ ਬੋਲਿਆ ਸੀ ਕਿ ਪਾਵਰ ਕਰਪਟਸ ਯੂ ਐਂਡ ਐਬਸੋਲਿਊਟ ਪਾਵਰ ਕਰਪਟਸ ਯੂ ਐਬਸੋਲਿਊਟਲੀ। ਜਦੋਂ ਤੁਸੀਂ ਪੁਲਿਸ ਮੁਖੀ ਆ ਜ਼ਿਲ੍ਹੇ ਦੇ ਮੁਖੀ ਆ ਤੇ ਤੁਹਾਡਾ ਡੰਡਾ ਚੱਲਦਾ ਆ ਤੇ ਪੰਜਾਬ ਜਾਂ ਹੋਰ ਵੀ ਕਿਸੇ ਵੀ ਸੂਬੇ ਦਾ ਜਿਹੜਾ ਪੁਲਿਸ ਮੁਖੀ ਆ ਉਹਦੇ ਕੋਲ ਐਬਸੋਲਿਊਟ ਪਾਵਰਸ ਨੇ। ਉਸ ਤੋਂ ਬਾਅਦ ਉਹਨੂੰ ਕੁਝ ਗਿਣੇ ਚੋਣੇ ਬੰਦੇ ਹੀ ਨੇ ਜਿਹੜੇ ਸਟੇਟ 'ਚੋਂ ਕੁਐਸਚਨ ਕਰ ਸਕਦੇ ਨੇ ਉਹ ਜਾਂ ਤਾਂ ਮੁੱਖ ਮੰਤਰੀ ਹੁੰਦਾ ਜਾਂ ਗ੍ਰਹਿ ਮੰਤਰੀ ਹੁੰਦਾ ਅਤੇ ਆਮ ਤੌਰ 'ਤੇ ਸਾਡੀ ਸਟੇਟ ਦੇ ਵਿੱਚ ਜਿਹੜਾ ਗ੍ਰਹਿ ਵਿਭਾਗ ਆ ਉਹ ਮੁੱਖ ਮੰਤਰੀ ਕੋਲ ਹੀ ਹੁੰਦਾ ਅਤੇ ਅਸੀਂ ਜਾਣਦੇ ਹਾਂ ਜੇ ਅਸੀਂ ਪੰਜਾਬ ਦੇ ਇਤਿਹਾਸ ਨੂੰ ਦੇਖੀਏ ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ DGP ਆਮ ਤੌਰ 'ਤੇ ਉਹੀ ਬੰਦਾ ਲੱਗਦਾ ਜਿਹੜਾ ਇਹਨਾਂ ਦੇ ਸੱਚੇ ਦੇ ਵਿੱਚ ਫਿੱਟ ਹੁੰਦਾ ਹੋਵੇ ਅਤੇ DGP ਸਾਹਿਬ ਉਸ ਸੱਚੇ 'ਚ ਫਿੱਟ ਸੀ ਕੈਪਟਨ ਗੌਰਮੈਂਟ ਦੇ ਸੱਚੇ 'ਚ ਵੀ ਫਿੱਟ ਸੀ ਅਤੇ ਉਸ ਤੋਂ ਬਾਅਦ ਇਹ
अकाली गौरमेंट के सच्चे भी फिट सी। चंडीगढ़ के इन्हों का ऑफिस से जो सी आई डी के भी सी या होर जी एक दो होर इन्हों को डिपार्टमेंट से जो विजिलेंस के चीफ से उदों भी इन्हों चीफ साहब कहा जाता है। तो मैनू याद आ कि एक इन्हों जे इन्हों स्टाफ के बंदे से दसते कि चीफ साहब न मिलन की हौसला या उन्होंने ऑफिस आने का हौसला गिने चुने बंदे ही करते हैं, मतलब कि एम एल ए या मिनिस्टर भी डी जी पी साहब न मिलते नहीं। सुपर कॉप उन्होंने कहा जाता है, तो बहुत सारिया पावर से, बहुत सारे उन्होंने केस भी हल किए हो, पर फिर उही गल एबसोल्यूट पावर तो एबसोल्यूट करप्शन वाली। कई सारे केस उजागर होए बाद सब तो पहला रौला पिया कि जेडे इन्होंने बहुत सारे मर्डर किए हुए थे उस काले दौर के फिर बेनामी जायदादा का जोड़ा रौला आ वह भी सारे का पैंता रहा। 90% पंजाबियों का सुपना रहा कि उन्होंने व्डे शहर च घर हो, जो तुम व्डे अफसर बन जाने फिर तो जो व्डा शहर है वह चंडीगढ़ ही बन जाता। ट्रिब्यून अखबार ने उत्थे कुछ कलोनिया का जिक्र किया कि इतने व्डे व्डे जोड़े लोग ने व्डे व्डे अफसर ने आई एस ने आई पी एस ने आई आर एस ने आई एफ एस ने सैक्रटरी ने एम एल एज ने एम पीज़ ने या फिर बेनामी जायदाद खरीदने वाले होर व्डे व्डे लोग ने। बिल्कुल, तो तुम समझते हैं कि तुम जिनी देर भी किसी चीज़ को दबा के रखोगे एक दिन तो वह सामने आई जाती है। फिर केस हौली 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 नशर होंगे गए, मुसीबत वधदिया गई, उम्र वधदी गई, तो डी जी पी साहब रिटायर हो गए। रिटायर होने तो पहले ही खैर उन्होंने तो डी जी पी शिप जी ले ली गई थी बेअदबी कांड के, उस तो बाद फिर उन्होंने कुछ होर महकमे देते गए, वह छुट्टी पर चले गए। तो सुपर कॉप का जोड़ा फिर अंत सेगा इदा तुम समझ लो कि कल उन्होंने जी गिरफ़्तारी आ हुई, हालांकि उस केस के जमानत जी मिल चुकी है, तो वो हाई कोर्ट ने उन्होंने एक जमानत उस केस दी हुई है, पर केस ही इन्ने ने। तो दूसरी गल कि हुण वो डी जी पी नहीं है, समा हुण जिहड़ा उन्होंने अनुकूल नहीं है। विजिलेंस ऑफिस चाहे सी किसी होर केस दे विच सहयोग देने लई जांच शामिल होने लई, पर उत्थे उन्होंने गिरफ्तार कर लिया गया, दबोच लिया गया, दबोच लिया गया। देखो समय का इहनूं तुसीं कह सकदे आ कि एक कहा जाता साडे मिथास च कहा जाता कि वह रावण भी मारिया जिन्हें कहिंदे सी काल अपने पावे नाल बन्निया होइआ सी, तो समा बदल गया तो हुण डी जी पी साहब जेल च ने। एक समा सी जदों पूरे पंजाब दे विच सारी दी सारी पुलिस उन्हां दे अंदर हुंदी सी, पर गल यह आ कि तुसीं ये जिहड़ा पैसा आ ये जिहड़ियां बेनिजमियां आ ये जिहड़ियां बेनामियां आ जदों तुसीं करोगे तो फिर ये गल सामने तुहाडे आउणी आ। इस तो पहलां भी पंजाब दे विच कुछ डी जी पी सी जिन्हां नाल अजिहा हो चुका, उन्हां दे विच गिल साहब सी एक, उन्हां दे उत्ते भी कुछ अजिहे दोष लगे, बाद विच उन्हां नूं भी हालांकि सज़ा हो गई सी पर वो मुड़ के सुप्रीम कोर्ट केस चलता सी दौरान ही उन्होंने मौत हो गई, पर नमोशी जिहड़ी आ वो उन्होंने झलनी पई। सो ये सारिया चीज़ा ने, केस की है की नहीं है वो एक प्रॉपर्टी आ उन्होंने चंडीगढ़ के जुड़िया हुआ केस है, दर्जना केस चलते हैं, केस बहुत सारे ने, पर गल सिर्फ उस गल की आ कि तुम जो जो कुछ भी किया सामने किसी ना कि आई जांदा। बिल्कुल गल कीती तुसीं कि भी जदों असीं पावर हुंदी है उन्हां कोल, उन्हां कोल सत्ता हुंदी है तां उस वेले तां उन्हां नूं इस चीज़ दा ज्ञान ही नहीं रहिंदा कि असीं की करदे पए आं। ते पंजाब दी जे असीं गल कर लईए ते कल अमृतसर दे विच गोलियां चल गईआं, जे असीं कहीए बर्थडे पार्टी जो कि एक खुशी दा कारण है उस विच गोलियां चल गईआं, मतलब इह थोड़े दिनां तों असीं देखदे आ रहे हां कि कदी किधरे गोलियां चल रहीआं। हालांकि अमन कानून दी स्थिति जिहड़ी पंजाब दे विच होणी चाहीदी है जो लोग सोचते हैं वो सानू किधर नजर नहीं आ रही, की कहना चाहोगे कि ये रोज जिहड़ियां गोलियां चल रही हैं कदी किथे इहदा की कारण है? देखो कारण तो इहदा सब तो वड्डा गृह विभाग दस सकदा जी, जिन्हां दा ये सारा अधिकार खेत्र है। गल यह है कि कहिंदे ने कि हर गली दे विच हौंके ने, हर घर दे विचों चीख है, उंज हाकम कहिंदे ने कि माहौल ठीक है। बिल्कुल, क्योंकि हर पासे जिथे मर्जी तुसी देख लो कदे कोई गैंगवार हुंदी है, किते गोलियां चलदियां ने, किते कोई शरेआम राह जांदे ने मोटरसाइकल ते गोलियां मार के सुट जांदे, आम जी गल हो गई गोलियां, ठीक है ना, कदे जलंधर विच गोली चल जांदी, कदे लुधियाणे चल जांदी, कदे किते आ जिहड़ी आपां जन्मदिन दी गल करदे आ जी, अमृतसर दे विच इह जिहड़ी पार्टी रखी हुई आ, मुंडे आपस विच पार्टियां करदे आ और फिर केक एक दूसरे के मूँह से मलते आ, बाद विच पता नहीं कि उन्होंने सबब बनता है कि वह केक एक दूसरे का मूँह मिठा कराने बाद इन्ना मन खट्टा हो जाता कि गोलियां चल जांदियां हैं। और ये जिहड़ा साडा सभ्याचार आ जो साडा पिछोकड़ आ वह अज किधर नूं तुर पिया, बिल्कुल ये नौजवान पीढ़ी पिछे जे एक तुसी सुनिया होना कि छोटे छोटे बच्चे जिहड़े आ ਉਹ ਫੋਟਾਂ ਖਿਚਵਾਉਣ ਦੇ ਚੱਕਰ ਦੇ ਵਿੱਚ ਹੀ ਇੱਕ ਗੋਲੀ ਚੱਲ ਗਈ, ਬਿਲਕੁਲ ਹਾਂ, ਚਾਚੇ ਦੀ ਰਫਲ ਚੱਕ ਲਿਆ ਸੀਗਾ, ਠੀਕ ਹੈ ਨਾ। ਤੇ ਇਹ ਜਿਹੜੀਆਂ ਅੱਜ ਸਾਡਾ ਅਸਲਾ ਕਲਚਰ ਜਿਹੜਾ ਸਾਡਾ ਬਣ ਗਿਆ ਨਾ, ਅਸੀਂ ਇਹਨੂੰ ਇੱਕ ਸਟੇਟਸ ਸਿੰਬਲ ਬਣਾ ਲਿਆ ਕਿ ਹਰ ਘਰ ਦੇ ਵਿੱਚ ਪਿਸਤੌਲ ਹੋਣਾ ਚਾਹੀਦਾ ਜਾਂ ਰਫਲ ਹੋਣੀ ਚਾਹੀਦੀ ਜਾਂ ਦੁਨਾਲੀ। ਕਦੇ ਕੋਈ ਸਮਾਂ ਹੁੰਦਾ ਸੀ ਕਿਸੇ ਨਾ ਕਿਸੇ ਕੋਈ ਸਾਬਕਾ
फौजी दे कोल रफल हुंदी सी जी, ठीक है ना, क्योंकि उन्हें उस तो बाद भी किसी सुरक्षा एजेंसी के जुड़ना होंदा सी, वो तां लैके आउंदा सी, अज स्टेटस सिंबल बन गया और इस स्टेटस सिंबल ने साडे घर घर दे विच बैन पवा दित्ते आ जिद्दां आ पए आ। फिर उस तो बाद एक खबर होर आउंदी है कि तरन तारण दे विच आम आदमी पार्टी ते कांग्रेस दे वर्कर लड़ पैंदे आ, गोली उत्थे भी चलदी है। एक खबर होर आउंदी है गोइंदवाल साहब विच एक दर्जी दे उपर गोलियां चलाउंदे आ नौजवान, ठीक। गल ये कि इन्नियां गोलियां ये असला कित्थों आ रहा, ये कारतूस कित्थों आ रहे ने, ये क्यों एहो जिहा माहौल बन रहा है? वोटां सिर ते ने, उदा तो यह कहते हैं कि सारा कुछ साढ़े हाथ वास आ, असी सारा कुछ कंट्रोल दे विच आ, सिद्धू साहब लगे हुए ने भी बड़ा असी बहुत वधिया पंजाब देना, कोई इत्थे आण के कह जांदा कि असी कैलीफोर्निया वर्गा पंजाब देना, असी कैलीफोर्निया बना देना, कोई पैरिस बनाउणा चाहुंदा, कोई कुछ, यार घट्टो घट पंजाब नूं पंजाब ही बना दिओ, ठीक है ना। जिहड़ा पंजाब साडा खुशियां वाला पंजाब सी, एक दूसरे नाल मिलजुल के रहिंदा सी, इदां दीआं गोलियां वालीआं खबरां तां सानूं कदे, उह समां जदों गोलियां वालीआं खबरां सुणदे हुंदे सी तां घरां दे चुल्हे ठंडे पै जांदे हुंदे सी, अज फिर मुड़ के उहो जिहा माहौल तुसीं सिरज रहे हो, गैंगस्टर पता नहीं कित्थों कित्थों उठ पए, इह सारी दी सारी देण जिहड़ी अज अजोके समें दे विच गर्क गई सियासत, ठीक है, साडीआं जिहड़ीआं जो जिन्नीआं वी जथेबंदीआं इन्हां वोटां दे विच लगियां होईआं सारीआं दी इह नतीजा आ उहनां दी अणगहिली दा, और साडे जिहड़े धड़ा धड़ लाइसेंस जिहड़े दे रहे ने असले दे उहनां दा भी, ते दो नंबर दा जिहड़ा असला आ रहा उहदे उपर भी कोई रोक नहीं लग रही, सारे दा सारा जिन्ना भी हैगा आ लौंग लाणा सारा इकट्ठा हो के इहदा जिम्मेवार आ जी। तुसीं गल कीती है कि वोटां दी राजनीति हो रही है सारी, ते वोटां करके ही इह सारा कुछ वापर रहा है। जी मैं इहदे च थोड़ी जी गल ऐड करनी चाहुंदा, इन्हां ने जिहड़ी गल दसी उह बिल्कुल दुरुस्त आ कि साडे समाज दे विच जिहनूं असीं विकास कहिंदे आ उह असल च किसे होर लीहे पै गिआ जी। बिल्कुल दुरुस्त गल आ कि एक समा सी जदों पिंडां दे विच एक अद्धा हथियार किसी साबका फौजी कोल हुंदा सी जां किसी तकड़े बंदे कोल हुंदा सी, ते उहदी लोड़ भी फिर उदों ही पैंदी सी जदों कोई आवारा होया पशु पिंड च आ वड़दा सी जी, या फिर किते कोई सप्प सुप मारन लई, नहीं ते लोड़ नहीं पैंदी सी हथियार दी, ते साडा समाज किसी होर तरीके दा समाज सी। जिहड़ी तुसीं दूसरी गल कीती आ कि वर्करां दे आपस च लड़न दी, जे असीं उहनूं राजनीतिक दृष्टिकोण तों जां राजनीतिक नज़रिए चों देखदे आ ते योगी साहब इस गल नाल सहमत होणगे कि पूरे भारत दे विच ਵੱਖੋ ਵੱਖਰੀਆਂ ਪੋਲੀਟੀਕਲ ਪਾਰਟੀਆਂ ਇਸ ਏਜੰਡੇ 'ਤੇ ਕੰਮ ਕਰਨ ਲਈ ਸੋਚ ਰਹੀਆਂ ਬੀਤੇ 6 ਮਹੀਨੇ ਤੋਂ ਜਾਂ 4 ਮਹੀਨੇ ਤੋਂ ਜਦੋਂ ਤੋਂ ਬੰਗਾਲ ਦੇ ਇਲੈਕਸ਼ਨ ਆਏ ਆ, ਕਿ ਸਾਰੇ ਇਕੱਠੇ ਹੋ ਕੇ ਅਸੀਂ BJP ਦੇ ਖਿਲਾਫ਼ ਇੱਕ ਮੋਰਚਾ ਬਣਾਈਏ ਤਾਂ ਜੋ ਅਸੀਂ ਇੱਕ ਉਸ ਪਾਸੇ ਵੱਲ ਨੂੰ ਤੁਰ ਸਕੀਏ ਕਿ ਜਿਹੜੀ BJP ਦੀ ਗਵਰਨਮੈਂਟ ਦਾ ਜਿਹੜਾ ਇੱਕ ਖਾਸ ਤੌਰ 'ਤੇ ਧਾਰਮਿਕ ਨਜ਼ਰੀਆ ਹੈ ਉਹਨੂੰ ਹੱਥ ਪਾ ਕੇ ਅਤੇ ਭਾਰਤ ਦੀਆਂ ਲੋਕਤੰਤਰ ਜਿਹੜੀਆਂ ਏਜੰਸੀਆਂ ਆ ਸੰਸਥਾਵਾਂ ਆ ਜਿਹੜਾ ਸਾਡਾ ਇੱਕ ਵਿਰਾਸਤ ਆ ਲੋਕਤੰਤਰ ਦੀ ਸਭ ਤੋਂ ਦੁਨੀਆ ਦੀ ਵੱਡੇ ਡੈਮੋਕ੍ਰੈਟਿਕ ਹੋਣ ਦੀ ਉਹਨੂੰ ਰੋਕ ਸਕੀਏ, ਪਰ ਸਾਡੇ ਆਮ ਪੋਲੀਟੀਕਲ ਵਰਕਰ ਜਾਂ ਆਮ ਲੋਕ ਰਹਿਣ ਵਾਲੇ ਪਿੰਡਾਂ ਦੇ ਇਹ ਗੱਲ ਨੂੰ ਸਮਝਦੇ ਨਹੀਂ, ਸੋਚਦੇ ਨਹੀਂ, ਉਹ ਸਿਰਫ ਔਰ ਸਿਰਫ ਆਪਸੀ ਲੜਾਈ ਦੇ ਵਿੱਚ ਵੰਡੇ ਜਾਂਦੇ ਨੇ ਜਾਂ ਫਿਰ ਦੋ ਪਾਰਟੀਆਂ ਦੇ ਵਿੱਚ ਵੰਡੇ ਜਾਂਦੇ ਨੇ। ਜੇ ਅਸੀਂ ਅਖਬਾਰਾਂ ਨੂੰ ਪਿਛਲੇ ਸਮੇਂ ਦੀਆਂ ਨੂੰ ਮਹੀਨੇ ਦੀਆਂ ਨੂੰ ਵੀ ਵਾਚ ਲਈਏ ਤੇ ਅੱਜ ਇਹ ਲੀਡਰ ਇਸ ਪਾਰਟੀ ਸੀ, ਕੱਲ੍ਹ ਉਹ ਇਸ ਪਾਰਟੀ 'ਚ, ਅੱਜ ਉਹ ਇੱਧਰ ਆ ਅਤੇ ਦੂਸਰਾ ਉਹ ਉੱਧਰ ਆ। ਕੈਪਟਨ ਸਾਹਿਬ ਦੀ ਰਿਸ਼ਤੇਦਾਰੀਆਂ ਜਿੰਨੀਆਂ ਅਕਾਲੀ ਦਲ 'ਚ ਨੇ ਉਨੀਆਂ ਹੀ ਕਾਂਗਰਸ 'ਚ ਨੇ ਜੀ, ਤੇ ਪੰਜਾਬ ਤੋਂ ਬਾਹਰ ਵੀ ਇਹੀ ਹਾਲਾਤ ਨੇ, ਤੇ ਇਹ ਆਪ ਤੇ ਕਾਂਗਰਸ ਦੇ ਵਰਕਰ ਜਦੋਂ ਆਪਸ 'ਚ ਲੜਦੇ ਨੇ ਇਹਨਾਂ ਨੂੰ ਇਹ ਗੱਲ ਖਿਆਲ ਰੱਖਣੀ ਚਾਹੀਦੀ ਕਿ ਦਿੱਲੀ 'ਚ ਜਦੋਂ ਮੀਟਿੰਗ ਹੁੰਦੀ ਆ ਕੇਜਰੀਵਾਲ ਸਾਹਿਬ ਵੀ ਉਸੇ ਮੀਟਿੰਗ 'ਚ ਹੁੰਦੇ ਆ ਅਤੇ ਰਾਹੁਲ ਗਾਂਧੀ ਵੀ ਉਸੇ ਮੀਟਿੰਗ 'ਚ ਹੁੰਦੇ ਆ, ਮਮਤਾ ਬੈਨਰਜੀ ਵੀ ਉਸੇ ਮੀਟਿੰਗ 'ਚ ਹੁੰਦੀ ਆ, ਬਿਲਕੁਲ। ਸੋ ਅਸੀਂ ਇੱਕ ਗੱਲ ਦੇਖਦੇ ਹਾਂ ਕਿ ਜਦੋਂ ਵੋਟਾਂ ਖਤਮ ਹੁੰਦੀਆਂ ਨੇ, ਚਾਹੇ ਉਹ ਪੰਚਾਇਤ ਦੀਆਂ ਹੁੰਦੀਆਂ ਨੇ, ਚਾਹੇ ਸਟੇਟ ਦੀਆਂ ਹੁੰਦੀਆਂ ਨੇ, ਚਾਹੇ ਕੈਬਨਿਟ ਦੀਆਂ ਹੁੰਦੀਆਂ ਨੇ, ਅਤੇ ਹਰ ਲੀਡਰ ਇਹ ਗੱਲ ਕਹਿੰਦਾ ਆ ਕਿ ਵੋਟਾਂ ਜਿਹੜੀਆਂ ਆ ਉਹ ਇਸ ਕਰਕੇ ਵੰਡੀਆਂ ਜਾਂਦੀਆਂ ਕਿ ਪਾਰਟੀਆਂ ਦੇ ਸਿਧਾਂਤ ਵੱਖਰੋ ਵੱਖਰੇ ਨੇ। ਜਿਹੜਾ ਲੋਕਤੰਤਰ ਆ ਉੱਥੇ ਵਿਚਾਰਾਂ ਦੀ ਜੰਗ ਹੋਣੀ ਚਾਹੀਦੀ ਆ, ਨਾ ਕਿ ਹਥਿਆਰਾਂ ਦੀ ਜੰਗ ਹੋਣੀ ਚਾਹੀਦੀ ਆ ਜਾਂ ਕਿ ਹੱਥੋਂ ਪਾਈ ਵਾਲੀ ਲੜਾਈ ਹੋਣੀ ਚਾਹੀਦੀ। ਜੇ ਆਪ ਪਾਰਟੀ ਦਾ ਕੋਈ ਹੋਰ ਮੈਨੀਫੈਸਟੋ ਆ, ਕਾਂਗਰਸ ਦਾ ਕੋਈ ਹੋਰ ਮੈਨੀਫੈਸਟੋ ਆ, ਜਿਹੜੀ ਗੱਲ ਚੰਗੀ ਲੱਗਦੀ ਉਹਨੂੰ ਵੋਟ ਪਾ ਦਿਓ, ਪਰ ਹਿੰਸਾ ਦੀ ਜਿਹੜੀ ਕੋਈ ਵੀ ਥਾਂ ਆ ਉਹ ਇੱਕ ਸੱਭਿਅਕ ਸਮਾਜ 'ਚ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਆਪਸ ਦੇ ਵਿੱਚ ਮਿਲਜੁਲ ਕੇ ਰਹਿਣਾ ਚਾਹੀਦਾ। ਜੀ ਬਿਲਕੁਲ, ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕਲਾਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ, ਸਾਡੇ ਗੀਤਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਗੋਲੀਆਂ ਗੋਲੀਆਂ ਚੱਲਣ ਦੇ ਵਿੱਚ। ਸੋ ਵੋਟਾਂ ਦੀ ਰਾਜਨੀਤੀ ਦੀ ਗੱਲ ਕੀਤੀ ਹੈ, ਵੋਟਾਂ ਦੀ ਰਾਜਨੀਤੀ ਕਿਵੇਂ ਹੋ ਰਹੀ ਹੈ ਇਹ ਅਸੀਂ ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਸਾਡੀ ਕਿ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ। ਜਦੋਂ 2017 ਦੇ ਵਿੱਚ ਸਰਕਾਰ ਬਣੀ ਸੀ, ਪੰਜਾਬ ਦੀ ਗੱਲ ਕਰ ਲੈਂਦੇ ਹਾਂ,
ਤੇ ਉਦੋਂ ਲੋਕ ਬੜੇ ਨਾਰਾਜ਼ ਨੇ ਕਿ ਉਦੋਂ ਮੁੱਖ ਮੰਤਰੀ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੱਕੀ ਤੇ ਫਿਰ ਉਹਨਾਂ ਨੇ ਕਿਹਾ ਸੀ ਕਿ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਉਹਨਾਂ ਨੇ SDF ਦਾ ਗਠਨ ਕੀਤਾ, ਫਿਰ ਉਹ ਕੈਂਸਲ ਹੋ ਗਈ, ਫਿਰ ਦੁਬਾਰਾ ਨਵੀਂ ਹੋਰ ਬਣਾਈ ਗਈ ਤੇ ਹੁਣ ਕਿਹਾ ਜਾ ਰਿਹਾ ਕਿ 27 ਅਗਸਤ ਨੂੰ SDF ਦੀ ਜਿਹੜੀ ਰਿਪੋਰਟ ਹੈ ਉਹ ਨਸ਼ਰ ਹੋਏਗੀ ਡਰੱਗਸ ਤੇ ਮਜੀਠੀਆ ਸਾਹਿਬ ਤੇ ਸਿੱਧੂ ਸਾਹਿਬ ਤਾਂ ਪਹਿਲਾਂ ਹੀ ਚਲੋ ਉਹਨਾਂ ਦਾ ਤਾਂ ਚੱਲਦਾ ਹੀ ਰਹਿੰਦਾ ਇਸੇ ਚੀਜ਼ ਨੂੰ ਲੈ ਕੇ ਉਹਨਾਂ ਦਾ ਛੱਤੀ ਦਾ ਅੰਕੜਾ। ਕੀ ਕਹਿਣਾ ਚਾਹੋਗੇ ਜਿਹੜੀ ਰਿਪੋਰਟ ਆ ਰਹੀ ਹੈ 27 ਅਗਸਤ ਨੂੰ ਆਉਂਦੇ ਜਿਹਦੇ ਚਾਂਸ ਜਿੰਨੇ ਤੁਸੀਂ ਜਿੱਦਾਂ ਇੱਕ ਲਾਈਨ 'ਚ ਤੁਸੀਂ ਗੱਲ ਬੋਲੀ ਨਾ ਵੋਟਾਂ ਦੀ ਰਾਜਨੀਤੀ, ਮੈਨੂੰ ਉਹਦੇ ਨਾਲ ਧਰਮ ਦੀ ਰਾਜਨੀਤੀ ਯਾਦ ਆ। ਬਿਲਕੁਲ, ਤੇ ਯੋਗੀ ਸਾਹਿਬ ਬੈਠੇ ਆ ਲਿਖਣ ਪੜ੍ਹਨ ਵਾਲੇ ਬੰਦੇ ਆ ਤੇ ਇੱਕ ਸ਼ੇਰ ਰਾਹਤ ਇੰਦੌਰੀ ਜੀ ਬੋਲਦੇ ਸੀ ਅਕਸਰ, ਹੁਣ ਤਾਂ ਉਹ ਨਹੀਂ ਰਹੇ ਇਸ ਦੁਨੀਆਂ 'ਚ, ਬਹੁਤ ਵਧੀਆ ਸ਼ਾਇਰ ਸੀ ਜੀ। ਉਹ ਕਹਿੰਦੇ ਸਰਹੱਦੋਂ ਮੇਂ ਬਹੁਤ ਤਨਾਵ ਹੈ, ਪਤਾ ਕਰੋ ਤੋ ਸ਼ਹਿਰ ਮੇਂ ਚੁਣਾਵ ਹੈ। ਬਿਲਕੁਲ, ਸੋ ਸਾਡੇ ਹਾਲਾਤ ਇਹੋ ਜਿਹੇ ਹੋ ਗਏ ਨੇ। ਵੋਟਾਂ ਦੀ ਰਾਜਨੀਤੀ ਤੋਂ ਗੱਲ ਯਾਦ ਆਈ ਕਈ ਵਾਰੀ, ਹਾਲਾਂਕਿ ਉਹ ਇਸ ਮਸਲੇ 'ਚ ਰੈਲੇਵੈਂਟ ਨਹੀਂ ਹੈਗੀ, ਪਰ ਰੈਲੇਵੈਂਟ ਹੈ। ਤੁਸੀਂ ਦੇਖਦੇ ਆ ਬਹੁਤ ਦਿਨਾਂ ਤੋਂ ਇਸ ਗੱਲ ਦਾ ਰੌਲਾ ਪੈਣਾ ਸ਼ੁਰੂ ਹੋ ਜਾਂਦਾ, ਤੁਸੀਂ ਰਾਜਨੀਤੀ ਨੂੰ ਜਦੋਂ ਦੇਖਦੇ ਪੜ੍ਹਦੇ ਸੁਣਦੇ ਸਮਝਦੇ ਆ ਯੋਗੀ ਜੀ, 15 ਅਗਸਤ ਆ ਜਾਏ, 26 ਜਨਵਰੀ ਆ ਜਾਏ, 2 ਅਕਤੂਬਰ ਆ ਜਾਏ, ਹਫ਼ਤਾ ਕੁ ਪਹਿਲਾਂ ਰੌਲਾ ਪੈ ਜਾਂਦਾ ਕਿ ਅੱਤਵਾਦੀ ਫੜੇ ਗਏ, ਹਥਿਆਰ ਫੜੇ ਗਏ, ਵੱਡੀ ਵਾਰਦਾਤ ਟਲ ਗਈ ਤੇ ਵਾਰਦਾਤ ਕਈ ਵਾਰ ਹੋ ਵੀ ਜਾਂਦੀ। ਤੇ ਇਸੇ ਤਰੀਕੇ ਨਾਲ ਇੱਕ ਹੋਰ ਗੱਲ ਸੀ ਜਿਹੜੀ ਅਕਸਰ ਕਹੀ ਜਾਂਦੀ ਹੈ ਕਿ ਰਾਜਨੀਤੀ ਦੇ ਵਿੱਚ ਮੁੱਦੇ ਜਿਹੜੇ ਆ ਉਹ ਕਦੇ ਖਤਮ ਨਹੀਂ ਕੀਤੇ ਜਾਂਦੇ, ਸੰਭਾਲ ਕੇ ਰੱਖੇ ਜਾਂਦੇ ਨੇ, ਉਭਾਰੇ ਜਾਂਦੇ ਸਗੋਂ ਜਦੋਂ ਦਿਲ ਕਰੇ, ਜਦੋਂ ਸਮਾਂ ਹੋਵੇ, ਜਦੀ ਜਿਹਦੀ ਸੱਤਾ ਹੋਵੇ ਉਹ ਉਸ ਉਹੋ ਜਿਹੇ ਮੁੱਦਿਆਂ ਨੂੰ ਖੜੇ ਕਰ ਲੈਂਦੇ ਨੇ, ਉਹਨਾਂ ਨੂੰ ਹਵਾ ਭਰ ਦਿੰਦੇ ਨੇ ਤੇ ਫਿਰ ਜਦੋਂ ਉਹਨਾਂ ਦੀ ਲੋੜ ਮੁੱਕ ਜਾਂਦੀ ਤੇ ਫਿਰ ਉਹਨਾਂ 'ਚੋਂ ਹਵਾ ਕੱਢ ਕੇ ਤੇ ਫਿਰ ਉਹਨਾਂ ਨੂੰ ਠੰਡੇ ਬਸਤੇ 'ਚ ਪਾ ਕੇ ਰੱਖ ਲਿਆ ਜਾਂਦਾ, ਕਦੇ ਫਿਰ ਵਰਤ ਲਿਆ ਜਾਵੇ। ਚਾਹੇ ਨਸ਼ਾ ਹੋਵੇ, ਚਾਹੇ ਮਹਿੰਗਾਈ ਹੋਵੇ, ਚਾਹੇ ਦਾਜ ਹੋਵੇ, ਚਾਹੇ ਵਧਦੀ ਹੋਈ ਆਬਾਦੀ ਹੋਵੇ, ਤੁਸੀਂ ਜਦੋਂ ਮੁੱਦੇ ਗਿਣਨ ਲੱਗ ਜਾਓ ਤੇ ਭਾਵੇਂ ਤੁਸੀਂ ਸਾਰਾ ਪ੍ਰੋਗਰਾਮ ਗਿਣੀ ਜਾਓ ਤੇ ਤੁਸੀਂ ਇੰਨੀਆਂ ਸਮੱਸਿਆਵਾਂ ਇਸ ਸਮਾਜ ਦੇ ਵਿੱਚੋਂ, ਇਸ ਸਮਾਜ ਦੇ ਵਿੱਚੋਂ ਕਿਸੇ ਵੀ ਸਮਾਜ 'ਚੋਂ ਤੁਸੀਂ ਲੱਭ ਸਕਦੇ ਹਾਂ। ਅਸੀਂ ਅਸਲਾ ਕਲਚਰ ਦੀ ਗੱਲ ਕਰਦੇ ਹਟੇ ਹਾਂ ਪਿਛਲੇ ਹਿੱਸੇ ਦੇ ਵਿੱਚ, ਅਤੇ ਅਮੈਰੀਕਾ ਦੇ ਵਿੱਚ ਜਿੰਨਾ ਅਸਲਾ ਕਲਚਰ ਆ ਉਨਾ ਸਾਡੇ ਕੋਲ ਨਹੀਂ ਹੈਗਾ। ਉੱਥੇ ਹਰ ਘਰ ਦੇ ਕੋਲ ਜਦੋਂ ਮਰਜ਼ੀ ਜਾਓ ਤੁਸੀਂ ਇੱਕ ਗਨ ਖਰੀਦ ਲਓ, ਅਤੇ ਉਹਦੇ ਲਈ ਲਾਇਸੈਂਸ ਦਾ ਕੋਈ ਵੱਡਾ ਲੰਬਾ ਚੌੜਾ ਚੱਕਰ ਨਹੀਂ ਹੈਗਾ। ਤੁਸੀਂ ਇੱਕ ਡਰੱਗ ਦੀ ਗੱਲ ਕੀਤੀ, ਬਿਲਕੁਲ ਠੀਕ ਗੱਲ ਆ ਕਿ ਸਾਰੀ ਦੁਨੀਆ ਦੇ ਵਿੱਚ ਜਿਹੜਾ ਨਸ਼ਾ ਆ ਉਹ ਬਹੁਤਾਤ ਦੇ ਵਿੱਚ ਮਿਲਦਾ, ਕਿਤੇ 19-21 ਦਾ ਫਰਕ ਹੋ ਸਕਦਾ, ਕਿਤੇ ਕੁਝ ਘੱਟ ਹੋਵੇ, ਕਿਤੇ ਕੁਝ ਵੱਧ ਹੋਵੇ। ਮੈਨੂੰ ਯਾਦ ਆ 4 ਸਾਲ ਪਹਿਲਾਂ ਇੱਕ ਕੇਸ ਦੁਨੀਆ ਦੇ ਵਿੱਚ ਬੜਾ ਸਾਹਮਣੇ ਆਇਆ ਸੀਗਾ, ਆਸਟ੍ਰੇਲੀਆ ਦੀ ਇੱਕ ਯੰਗ ਕੁੜੀ ਮਲੇਸ਼ੀਆ ਜਾਂ ਥਾਈਲੈਂਡ, ਸ਼ਾਇਦ ਥਾਈਲੈਂਡ ਆਈ ਹੋਈ ਸੀ, ਅਤੇ ਉਹਦੇ ਕੋਲ ਉੱਥੇ ਉਹਨਾਂ ਨੇ ਕੋਈ ਨਸ਼ਾ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਫੜ ਲਿਆ, ਸ਼ਾਇਦ ਉਹ ਭੰਗ ਸੀ ਜਿਹਨੂੰ ਮਰਜੁਆਨਾ ਕਹਿੰਦੇ ਆ, ਅਤੇ ਉਹਨੂੰ ਉਹਨਾਂ ਨੇ ਉੱਥੇ 'ਤੇ ਕੇਸ ਚਾਰਜ ਕਰਤਾ ਅਤੇ ਉਹਨੂੰ ਜੇਲ੍ਹ 'ਚ ਦੇ ਦਿੱਤਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਥਾਈਲੈਂਡ ਨੂੰ ਅਪੀਲ ਕੀਤੀ ਕਿ ਉਹ ਸਾਡੀ ਬੱਚੀ ਆ, ਉੱਥੇ ਜੇ ਗਲਤੀ ਹੋ ਗਈ ਤਾਂ ਉਹਨੂੰ ਤੁਸੀਂ ਛੱਡ ਦਿਓ, ਪਰ ਉਹਨਾਂ ਨੇ ਇੱਕ ਸਾਫ਼ ਨਾਂਹ ਕਰ ਦਿੱਤੀ ਕਿ ਨਹੀਂ, ਸਾਡੇ ਕਾਨੂੰਨ ਦੇ ਵਿੱਚ ਜਿਹੜੀ ਆ ਇਸ ਜਿਹੜੇ ਜੁਰਮ ਦੀ ਸਜ਼ਾ ਆ ਉਹ ਉਮਰ ਕੈਦ ਆ, ਅਤੇ ਇਹ ਇੱਥੇ ਆ ਅਤੇ ਇਹਨੂੰ ਉਮਰ ਕੈਦ ਉਹ ਜਿਹੜੀ ਆ ਉਹ ਕੱਟਣੀ ਪੈਣੀ ਆ। ਹੁਣ ਅਸੀਂ ਜੇ ਪੰਜਾਬ ਦੀ ਗੱਲ ਕਰੀਏ, ਉਸ SDF ਵੱਲ ਆਈਏ, ਸਪੈਸ਼ਲ ਟਾਸਕ ਫੋਰਸ ਜਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ, ਇਹ ਵੀ ਜਿਹੜੇ ਅੱਜ ਦੇ ਸਟੂਡੈਂਟ ਨੇ ਉਹਨਾਂ ਲਈ ਆਮ ਗੱਲਾਂ ਨੇ, ਪਰ ਜਿਹੜੇ ਸਾਡੇ ਵਰਗੇ 20-25 ਸਾਲ ਤੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ, SDF ਜਾਂ SIT ਨਹੀਂ ਹੁੰਦੀਆਂ ਸੀ। ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਜੱਜਸ ਦੀਆਂ ਕਮੇਟੀਆਂ ਜ਼ਰੂਰ ਬਣਦੀਆਂ ਸੀ, ਅਤੇ ਕਮੇਟੀ ਦਾ ਸਾਡੇ ਮਸਲੇ 'ਚ ਇਦੋਂ ਸਮਝ 'ਚ ਗੱਲ ਇਹ ਹੁੰਦੀ ਸੀ ਵੀ ਕੰਮ 'ਤੇ ਮਿੱਟੀ ਪਾਉਣਾ ਜਾਂ ਕੰਮ ਨੂੰ ਘੱਟੇ ਮਿੱਟੀ 'ਚ ਪਾ ਦੇਣਾ, ਉਹਦਾ ਮੁੜ ਕੇ ਬਣਨਾ ਕੁਛ ਨਹੀਂ। ਹੁਣ ਵੀ ਉਹੀ ਹਾਲ ਆ ਕਿ ਪਿਛਲੀ ਸਰਕਾਰ ਗਈ ਸੀ ਇਹਨਾਂ ਵਾਅਦਿਆਂ ਕਰਕੇ, ਇਹਨਾਂ ਦਾਅਵਿਆਂ ਕਰਕੇ ਜੋ ਉਹਨਾਂ ਨੇ ਰੌਲਾ ਪਾਇਆ ਸੀ ਪੰਜਾਬ ਦੇ ਵਿੱਚ, ਕਿ ਡਰੱਗ ਮਾਫੀਆ ਬਹੁਤ ਆ, ਰੇਤ ਮਾਫੀਆ ਬਹੁਤ ਆ, ਕੇਬਲ ਮਾਫੀਆ ਬਹੁਤ ਆ, ਤੁਹਾਡਾ ਟਰਾਂਸਪੋਰਟ ਮਾਫੀਆ ਬਹੁਤ ਆ, ਭੂ ਮਾਫੀਆ ਬਹੁਤ ਆ, ਉਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਬੇਅਦਬੀ ਦਾ ਕਾਂਡ ਜਦੋਂ ਜੁੜ ਗਿਆ ਅਤੇ ਉਸ ਸਰਕਾਰ ਨੂੰ ਜਾਣਾ ਪਿਆ, ਅਤੇ ਇਸ ਸਰਕਾਰ ਨੇ ਸਹੁੰ ਖਾਧੀ ਸੀ ਚੋਣਾਂ ਲੜਦਿਆਂ ਦੌਰਾਨ ਹੀ, ਚੋਣਾਂ ਜਿੱਤਣ ਤੋਂ ਪਹਿਲਾਂ ਹੀ, ਕਿ ਅਸੀਂ ਬਹੁਤ ਜਲਦੀ ਜਿਹੜਾ ਨਸ਼ੇ ਦਾ ਜਿਹੜਾ ਮੈਨੈਂਸ ਜਿਹੜਾ ਰੈਕਟ ਆ ਉਹਨੂੰ ਖਤਮ ਕਰ ਦਿਆਂਗੇ। ਪੰਜਾਬ ਦੇ ਵੱਡੇ ਵੱਡੇ ਪੂਰਵ ਜਿਹੜੇ ਅਫਸਰ ਸੀ, ਸ਼ਸ਼ੀਕਾਂਤ ਵਰਗੇ ਅਫਸਰ ਸੀ, ਉਹਨਾਂ ਨੇ ਵੀ ਇੱਕ ਰਿਪੋਰਟਾਂ ਕਾਫੀ ਲਿਖ ਲਿਖ ਕੇ ਅਫਸਰਾਂ ਨੂੰ ਦਿੱਤੀਆਂ, ਹਾਈ ਕੋਰਟ 'ਚ ਵੀ ਉਹ ਰਿਪੋਰਟਾਂ ਜਿਹੜੀਆਂ ਉਹ ਪਈਆਂ ਸੀ, ਪਰ ਉਹ ਰਿਪੋਰਟਾਂ ਜਿਹੜੀਆਂ ਸੀਲਬੰਦ ਸੀ ਉਹ ਕਦੇ ਕਿਸੇ ਨੇ ਖੋਲੀਆਂ ਨਹੀਂ ਸੀ। ਅਤੇ ਹੁਣ ਫਿਰ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਨਵਕਰਨ ਕਾਲੋਂ ਐਡਵੋਕੇਟ ਸਾਹਿਬ ਨੇ, ਉਹਨਾਂ ਨੇ ਇੱਕ ਪੇਸ਼ੀ ਪਾਈ ਹੋਈ ਹੈ, ਇੱਕ ਪਟੀਸ਼ਨ ਪਾਈ ਹੋਈ ਆ, ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ 27 ਤਰੀਕ ਨੂੰ ਅਸੀਂ ਆਪਣੇ ਚੈਂਬਰ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਖੋਲ੍ਹ ਕੇ ਦੇਖਾਂਗੇ। ਰਿਪੋਰਟ ਸਾਹਮਣੇ ਆਊਗੀ ਹਾਈ ਕੋਰਟ ਦੇ ਚੈਂਬਰ 'ਚ ਖੁੱਲ੍ਹਣੀ ਆ, ਕਿੰਨੀ ਕੁ ਮੀਡੀਆ 'ਚ ਆਉਂਦੀ ਆ, ਕਿੰਨੀ ਕੁ ਮੀਡੀਆ 'ਚ ਨਹੀਂ ਆਉਂਦੀ, ਕੀ ਉਹਦੇ 'ਤੇ ਅਸਰ ਹੋਣਾ ਆ ਕੀ ਨਹੀਂ ਹੋਣਾ, ਇਹ ਗੱਲ 'ਤੇ ਬਾਅਦ ਵਿੱਚ ਸਾਹਮਣੇ ਆਊਗੀ 27 ਤਰੀਕ ਤੋਂ ਬਾਅਦ। ਹਾਲ ਦੀ ਘੜੀ ਤੁਸੀਂ ਇੱਦਾਂ ਕਹਿ ਸਕਦੇ ਆ ਕਿ ਆਮ ਲੋਕਾਂ ਦੀ ਉਤਸੁਕਤਾ ਇਸ ਗੱਲ 'ਚ ਵੱਧ ਜਾਏਗੀ ਕਿ ਹਰਪ੍ਰੀਤ ਸਿੱਧੂ ਇੱਕ ਵਧੀਆ ਅਫਸਰ ਪੰਜਾਬ ਸਰਕਾਰ ਨੇ ਲਾਏ ਸੀ, ਉਹਨਾਂ ਨੇ ਵੀ ਬੜੀ ਜਾਂਚ ਕੀਤੀ, ਪਰ ਬਾਅਦ ਵਿੱਚ ਉਹ ਵੀ ਖੁੱਡੇ ਲਾਈਨ ਹੀ ਲੱਗੇ ਰਹੇ, ਕੁਝ ਉਹਦੇ 'ਤੇ ਅਸਲ ਅਮਲ ਹੁੰਦਾ ਨਜ਼ਰ ਆਇਆ ਨਹੀਂ। ਅਤੇ 27 ਤਰੀਕ ਤੋਂ ਬਾਅਦ ਫਿਰ ਪ੍ਰੋਗਰਾਮ 'ਚ ਗੱਲ ਕਰਾਂਗੇ ਕਿ ਉਸ ਰਿਪੋਰਟ 'ਚੋਂ ਨਿਕਲਿਆ ਕੀ ਆ ਅਤੇ ਹੋਇਆ ਕੀ ਆ, ਪਰ ਇੱਕ ਗੱਲ ਦਰੁਸਤ ਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਆ ਉਹ ਨਾ ਤਾਂ ਕੁਝ ਘਟਿਆ ਲੱਗਦਾ
अमन अमान ਹੁੰਦਾ ਹਾਲਾਤ ਜਦੋਂ ਸਾਜ਼ਗਾਰ ਹੁੰਦੇ ਨੇ ਫਿਰ ਪਤਾ ਲੱਗ ਜਾਂਦਾ ਜੀ ਤੁਸੀਂ ਬਿਮਾਰ ਹੋਵੋ ਥੋੜਾ ਬਹੁਤ ਇੱਕ ਦੋ ਦਿਨ ਦਵਾਈ ਖਾਓ ਤੇ ਪਤਾ ਲੱਗ ਜਾਂਦਾ ਕਿ ਹਾਲਾਤ ਅੱਗੇ ਨਾਲੋਂ ਠੀਕ ਹੋਏ ਨੇ ਜਾਂ ਖਰਾਬ ਹੋਏ ਨੇ ਤੇ ਇੱਥੇ ਕੁਝ ਜਾਪਦਾ ਨਹੀਂ ਠੀਕ ਹੋਣ ਵਾਲੀ ਗੱਲ ਤੇ ਖਰਾਬ ਹੀ ਨੇ ਬਾਕੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਕੀ ਹੁੰਦਾ ਜੀ ਸ਼ਰਮਾ ਸਾਹਿਬ ਜੀ ਦੀ ਗੱਲ ਦੇ ਨਾਲ ਮੈਂ ਇੱਕ ਗੱਲ ਹੋਰ ਵੀ ਜੋੜਨੀ ਚਾਹਾਂਗਾ ਬਿਲਕੁਲ ਇਹਨਾਂ ਨੇ ਠੀਕ ਗੱਲ ਕਹੀ ਕਿ ਜਿਹੜੇ ਇਹ ਕੁਝ ਅਜਿਹੇ ਮੁੱਦੇ ਆ ਇਹ ਨਸ਼ੇ ਦਾ ਮੁੱਦਾ ਵੀ ਜਿਹੜਾ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਇੱਕ ਉਹਨਾਂ ਦੇ ਹੱਥ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਖਿਡੌਣਾ ਜਿਹਾ ਆ ਗਿਆ ਸੋਹਣਾ ਜਿਹਾ ਖਿਡੌਣਾ ਆ ਗਿਆ ਪੰਜਾਬ ਦੀ ਜਨਤਾ ਨੂੰ ਫੜਾਇਆ ਹੋਇਆ ਦੂਰੋਂ ਦਿਖਾਇਆ ਹੋਇਆ ਕਿ ਹਾਂ ਔਰ ਇਹ ਇੱਕ ਇਹਨਾਂ ਦੇ ਕੋਲ ਰਬੜ ਦੀ ਗੇਂਦ ਹੈ ਇਹਨੂੰ ਜਦੋਂ ਮਰਜ਼ੀ ਜੇ ਪਿੱਠੂ ਗੇਮ ਨਹੀਂ ਖੇਡਣੀ ਆਪਾਂ ਤਾਂ ਫਿਰ ਆਪਾਂ ਇਹਨੂੰ ਉਭਾਰਦੇ ਹਾਂ ਹਨਾ ਕੋਈ ਬੱਚਾ ਉਹਦੇ ਗੇਂਦ ਹੱਥ ਵਿੱਚ ਫੜ ਕੇ ਜਦੋਂ ਉਭਾਰਦਾ ਇਹ ਬਚਕਾਨਾ ਹਰਕਤਾਂ ਇਹਨਾਂ ਦੀਆਂ ਮੁੱਦੇ ਜਿਹੜੇ ਉਭਾਰਨ ਵਾਲੇ ਨੇ ਸਾਡੇ ਠੀਕ ਹੈ ਨਾ ਕਈ ਸਿਆਣੀਆਂ ਮਾਵਾਂ ਜਿਹੜੀਆਂ ਹੁੰਦੀਆਂ ਨਾ ਉਹ ਮਾੜੇ ਪੁੱਤਾਂ ਦੇ ਉੱਪਰ ਵੀ ਪਰਦਾ ਪਾ ਲੈਂਦੀਆਂ ਠੀਕ ਹੈ ਨਾ ਪਰ ਗੱਲ ਇਹ ਹੈ ਕਿ ਇੱਥੇ ਪਰਦਾ ਭਾਵੇਂ ਨਾ ਪਾਓ ਪਰ ਮੁੱਦੇ ਜਿਹੜੇ ਸਾਡੇ ਜ਼ਰੂਰੀ ਨੇ ਉਹਨਾਂ ਨੂੰ ਉਭਾਰਨਾ ਜ਼ਰੂਰੀ ਹੈ ਉਹ ਮੁੱਦੇ ਸਾਡੇ ਲੁਕੇ ਰਹਿ ਜਾਂਦੇ ਨੇ ਇਦਾਂ ਦੇ ਮੁੱਦੇ ਜਾਂ ਆਪਸ ਵਿੱਚ ਇਹ ਜੋ ਰਿਪੋਰਟ ਪੇਸ਼ ਕਰਨੀ ਆ ਜਾਂ ਸਾਡੀ ਕੋਈ ਨਵੀਂ ਸਾਡੇ ਕੋਲ ਸਾਹਮਣੇ ਆਉਣੀ ਆ ਦੇਖੋ ਉਹਦਾ ਸਾਡੇ ਲਈ ਕੀ ਫਾਇਦਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇੰਨੇ ਕੇਸ ਦਰਜ ਕਰ ਦਿੱਤੇ ਆ ਇੰਨਾ ਸਮਾਨ ਫੜ ਲਿਆ ਨਸ਼ੇ ਦਾ ਇੰਨੇ ਆਹ ਹੋ ਗਿਆ ਇੱਦਾਂ ਹੋ ਗਿਆ ਦੇਖੋ ਜੇ ਤਾਂ ਸਿਰਫ ਇੱਥੇ ਤੱਕ ਸੀਮਤ ਉਹ ਰਿਪੋਰਟ ਆ ਫਿਰ ਤਾਂ ਭਾਵੇਂ ਉਹ ਬਾਕੀ ਜਿਵੇਂ ਤੁਸੀਂ ਕਿਹਾ ਵੀ ਪਹਿਲੇ ਵੀ ਡੀ ਜੀ ਪੀ ਸਾਹਿਬ ਉਹਨਾਂ ਨੇ ਵੀ ਰਿਪੋਰਟਾਂ ਦਿੱਤੀਆਂ ਸੀਗੀਆਂ ਉਹ ਵੀ ਉੱਥੇ ਸੀਲ ਬੰਦ ਪਈਆਂ ਭਾਵੇਂ ਇਹਨੂੰ ਵੀ ਸੀਲ ਬੰਦ ਪਈ ਰਹਿਣ ਦਿਓ ਜੇਕਰ ਤਾਂ ਹੋਣਾ ਕੋਈ ਅਸਰ ਜੇਕਰ ਤਾਂ ਟੁੱਟਣਾ ਇਹਨਾਂ ਦਾ ਕੋਈ ਨੈਕਸਸ ਕਿਉਂਕਿ ਜਦੋਂ ਪਹਿਲਾਂ ਹੀ ਹੱਥ ਪੈਂਦਾ ਸਿੱਟ ਦਾ ਜਾਂ ਇਹਨਾਂ ਦੀ ਆਪਣੀ ਸਪੈਸ਼ਲ ਟਾਸਕ ਫੋਰਸ ਦਾ ਤਾਂ ਉਦੋਂ ਸਭ ਤੋਂ ਪਹਿਲਾਂ ਪੈਂਦਾ ਤਾਂ ਪੁਲਿਸ ਦੇ ਗੱਲ ਨੂੰ ਆ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਕੇਸ ਫੜਿਆ ਸਭ ਤੋਂ ਪਹਿਲਾਂ ਤਾਂ ਪੁਲਿਸ ਦੇ ਗੱਲ ਨੂੰ ਹੱਥ ਪੈ ਗਿਆ ਇਹਨਾਂ ਦਾ ਜਦੋਂ ਅਸੀਂ ਫੜਨਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਦੇਖੋ ਤੁਸੀਂ ਨਸ਼ੇ ਵਾਲੇ ਜਿਹੜੇ ਪੀਂਦੇ ਆ ਉਹਨਾਂ ਨੂੰ ਫੜੀ ਜਾਓਗੇ ਉਹਨਾਂ ਨੂੰ ਤੁਸੀਂ ਅੰਦਰ ਕਰੀ ਜਾਓਗੇ ਕੁੱਟ ਮਾਰੀ ਜਾਓਗੇ ਉਹਨਾਂ ਦੇ ਹੱਡ ਤੋੜੀ ਜਾਓਗੇ ਉਹਨਾਂ ਦੇ ਮਾਪਿਆਂ ਦੇ ਆਰਥਿਕ ਤੌਰ 'ਤੇ ਵੀ ਅਤੇ ਜਿਸਮਾਨੀ ਤੌਰ 'ਤੇ ਵੀ ਲੱਕ ਹੀ ਤੋੜੀ ਜਾਓਗੇ ਨਸ਼ਾ ਨਹੀਂ ਖਤਮ ਹੋਣਾ ਇੱਕ ਬਹੁਤ ਵੱਡਾ ਨੈਕਸਸ ਆ ਇਹਦੇ ਵਿੱਚ ਕੌਣ ਕੌਣ ਹੈਗੇ ਆ ਇਹਦੇ ਵਿੱਚ ਸਿਆਸਤਦਾਨ ਵੀ ਆ ਇਹਦੇ ਵਿੱਚ ਪੁਲਿਸ ਵਾਲੇ ਵੀ ਆ ਇਹਦੇ ਵਿੱਚ ਸਮਗਲਰ ਵੀ ਆ ਇਹਦੇ ਵਿੱਚ ਪੀਣ ਵਾਲੇ ਵੀ ਆ ਇਹਨਾਂ ਚਾਰਾਂ ਦੀ ਜੱਫੀ ਜਦ ਤੱਕ ਟੁੱਟਣੀ ਨਹੀਂ ਤਦ ਤੱਕ ਇਹ ਰਿਪੋਰਟਾਂ ਜਿੰਨੀਆਂ ਮਰਜ਼ੀ ਆਈ ਜਾਣ ਸਾਡੇ ਨਸ਼ੇ ਦਾ ਕੋਈ ਹੱਲ ਹੋਣਾ ਨਹੀਂ ਇਦਾਂ ਹੀ ਇਹ ਜਿਹੜੀ ਲਾਹਣਤ ਆ ਸਾਨੂੰ ਚੁੰਬੜੀ ਰਹਿਣੀ ਬਿਲਕੁਲ ਜੀ ਸਾਹਿਬ ਇਹਦੇ ਵਿੱਚ ਅਫਗਾਨਿਸਤਾਨ ਵੀ ਆ ਤੇ ਪਾਕਿਸਤਾਨ ਵੀ ਆ ਬਿਲਕੁਲ ਮੈਂ ਉਹੀ ਗੱਲ ਕਰਨ ਲੱਗੀ ਸੀ ਕਿ ਨਸ਼ੇ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਹਮੇਸ਼ਾ ਭਾਰਤ ਦਾ ਇਹੀ ਦਾਵਾ ਹੁੰਦਾ ਹੀ ਦਾਵਾ ਠੋਕਿਆ ਜਾਂਦਾ ਹੈ ਕਿ ਇਹ ਨਸ਼ਾ ਪਾਕਿਸਤਾਨ ਵਾਲੇ ਪਾਸੇ ਉਧਰੋਂ ਹੀ ਸਾਨੂੰ ਆਉਂਦਾ ਤੇ ਹੁਣ ਬੀਤੇ ਕੱਲ ਪਾਕਿਸਤਾਨ ਵੱਲੋਂ ਵਾਗਾ ਬਾਰਡਰ ਵੀ ਖੋਲ ਦਿੱਤਾ ਗਿਆ ਤੇ ਇੱਕ ਵੇ ਮਾਫੀ ਚਾਹੁੰਦਾ ਤੁਹਾਡੀ ਗੱਲ ਤੋਂ ਜਿੱਦਾਂ ਇਹਨਾਂ ਨੇ ਗੱਲ ਹੱਸਦੇ ਹੱਸਦੇ ਕਹੀ ਨਾ ਇਸੇ ਤਰ੍ਹਾਂ ਹੀ ਹੱਸਦੇ ਹੱਸਦੇ ਆ ਸਾਡੇ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਵੀ ਅਸ਼ਰਫ ਗਨੀ ਜੀ ਰਾਸ਼ਟਰਪਤੀ ਜਦੋਂ ਉਹ ਸੀਗੇ ਉਸ ਵੇਲੇ ਦੇ ਅਫਗਾਨਿਸਤਾਨ ਦੇ ਤੇ ਉਹਨਾਂ ਨੂੰ ਇਹ ਗੱਲ ਕਹਿਤੀ ਸੀਗੀ ਨਸ਼ੇ ਦੇ ਬਾਬਤ ਜਦਕਿ ਉਹਨਾਂ ਦੀ ਕਹਿਣੀ ਬਣਦੀ ਨਹੀਂ ਸੀ ਪਰ ਉਹਨਾਂ ਨੂੰ ਵੀ ਕਹਿਤੀ ਸੀਗੀ ਤੇ ਨਸ਼ਾ ਉਹ ਚੀਜ਼ ਹੀ ਹੈ ਜਿਹਨੇ ਪਤਾ ਨਹੀਂ ਫਿਰ ਉਸ ਟਾਈਮ ਹੋ ਸਕਦਾ ਉਹ ਸੱਤਾ ਦੇ ਨਸ਼ੇ 'ਚ ਹੋਣਾ ਨਸ਼ਾ ਹੀ ਇਹ ਹੋ ਗਿਆ ਤੇ ਬਿਲਕੁਲ ਆਪਾਂ ਗੱਲ ਕਰ ਰਹੇ ਸੀ ਕਿ ਕੱਲ ਪਾਕਿਸਤਾਨ ਵੱਲੋਂ ਵਾਗਾ ਬਾਰਡਰ ਖੋਲ ਦਿੱਤਾ ਗਿਆ ਤੇ ਵਾਗਾ ਬਾਰਡਰ ਇੰਨੀ ਦੇਰ ਤੋਂ ਬੰਦ ਸੀ ਕੋਵਿਡ ਕਰਕੇ ਜੀ ਤੇ ਸਾਡੀ ਸਰਕਾਰ ਵੱਲੋਂ ਹਮੇਸ਼ਾ ਤੋਂ ਦਾਵਾ ਕੀਤਾ ਜਾ ਰਿਹਾ ਠੋਕਿਆ ਜਾ ਰਿਹਾ ਕਿ ਜਿਹੜਾ ਨਸ਼ਾ ਆ ਰਿਹਾ ਉਹ ਸਾਰਾ ਪਾਕਿਸਤਾਨ ਵੱਲੋਂ ਆ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨ ਵੱਲੋਂ ਹਾਲਾਂਕਿ ਭਾਰਤ ਵੱਲੋਂ ਨਹੀਂ ਖੋਲਿਆ ਗਿਆ ਪਰ ਪਾਕਿਸਤਾਨ ਵੱਲੋਂ ਇਸ ਬਾਰਡਰ ਨੂੰ ਖੋਲ ਦਿੱਤਾ ਗਿਆ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਕਿ ਬੀਤੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹ ਭਾਰਤ ਨਾਲ ਆਪਣੇ ਰਿਸ਼ਤੇ ਸੁਧਾਰਨ ਲਈ ਸੁਹਿਰਦ ਨਹੀਂ ਸੀ ਜੀ ਜਦਕਿ ਇੱਥੇ ਰਾਜੀਵ ਗਾਂਧੀ ਤੋਂ ਲੈ ਕੇ ਅਟਲ ਬਿਹਾਰੀ ਵਾਜਪੇਈ ਤੱਕ ਉਸ ਤੋਂ ਬਾਅਦ ਗੁਜਰਾਲ ਸਾਹਿਬ ਵੀ ਆਏ ਮਨਮੋਹਨ ਸਿੰਘ ਵੀ ਆਏ ਇਹਨਾਂ ਸਾਰਿਆਂ ਦੇ ਕੁਝ ਕਨੈਕਸ਼ਨ ਰਹੇ ਪਾਕਿਸਤਾਨ ਨਾਲ ਜੀ ਤੇ ਇਹਨਾਂ ਦੀ ਜਿਹੜੀ ਸੋਚ ਸੀ ਉਹ ਇਸ ਗੱਲ ਦੀ ਸੀ ਕਿ ਦੋਨਾਂ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਚੰਗਾ ਮਾਹੌਲ ਹੋਣਾ ਚਾਹੀਦਾ ਪਰ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਮਾਹੌਲ ਲਈ ਬਹੁਤੀ ਸਜਗ ਨਹੀਂ ਚਾਹੇ ਅਸੀਂ ਜੰਮੂ ਕਸ਼ਮੀਰ ਵਾਲਾ ਏਰੀਆ ਦੇਖ ਲਈਏ ਚਾਹੇ ਗੁਜਰਾਤ ਵਾਲਾ ਬਾਰਡਰ ਦੇਖ ਲਈਏ ਚਾਹੇ ਪੰਜਾਬ ਵਾਲਾ ਦੇਖ ਲਈਏ ਤੇ ਹਾਲਾਤ ਜਿਹੜੇ ਨੇ ਉਹ ਬਹੁਤ ਚੰਗੇ ਨਹੀਂ ਰਹੇ ਹਾਲਾਂਕਿ ਇੱਕ ਬਹੁਤ ਚੰਗਾ ਉੱਦਮ ਜ਼ਰੂਰ ਹੋਇਆ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਕਰਤਾਰਪੁਰ ਵਾਲਾ ਲਾਂਘਾ ਖੁੱਲ੍ਹਿਆ ਉਹਦੇ ਲਈ ਭਾਵੇਂ ਬਹੁਤੇ ਪੰਜਾਬੀ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਆ ਪਰ ਇਹ ਗੱਲ ਮੰਨਣੀ ਪੈਣੀ ਆ ਕਿ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਕੇਂਦਰ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਇਕੱਲੇ ਨਵਜੋਤ ਸਿੰਘ ਸਿੱਧੂ ਉਹਦੇ 'ਚ ਬਹੁਤਾ ਕੁਝ ਨਹੀਂ ਸੀ ਕਰ ਸਕਦੇ ਨੋ ਡਾਊਟ ਉਹਨਾਂ ਦਾ ਜਿਹੜਾ ਰੋਲ ਆ ਉਹ ਇਸ ਗੱਲ ਦਾ ਹੈਗਾ ਕਿ ਉੱਥੇ ਵੀ ਰਾਸ਼ਟਰ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਕ੍ਰਿਕਟ ਖੇਡਦੇ ਸੀ ਅਤੇ ਸਿੱਧੂ ਸਾਹਿਬ ਵੀ ਕ੍ਰਿਕਟ ਖੇਡਦੇ ਸੀ ਦੋਨਾਂ ਦੇ ਵਿੱਚ ਇੱਕ ਸਾਂਝ ਜ਼ਰੂਰ ਆ ਪਰ ਇਸ ਤੋਂ ਇਲਾਵਾ ਜੇ ਤੁਸੀਂ ਗੱਲ ਕਰੀਏ ਵਾਗਾ ਬਾਰਡਰ ਖੋਲ੍ਹਣ ਦੀ ਤਾਂ ਦੋਨਾਂ ਦੇਸ਼ਾਂ ਦੇ ਆਪਸ ਦੇ ਜਿਹੜੇ ਰਿਲੇਸ਼ਨ ਨੇ ਉਹ ਬਹੁਤ ਚੰਗੇ ਨਹੀਂ ਪਰ ਫਿਰ ਵੀ ਜਦੋਂ ਅਸੀਂ ਇਹਨਾਂ ਮੁਲਕਾਂ ਦੀ ਰਾਜਨੀਤੀ ਨੂੰ ਯੂਰਪ ਦੀ ਰਾਜਨੀਤੀ ਨਾਲ ਜਾਂ ਯੂਰਪ ਦੇ ਦੇਸ਼ਾਂ 'ਚ ਦੇਖਦੇ ਹਾਂ ਤਾਂ ਉੱਥੇ ਤੁਸੀਂ ਦੇਖਦੇ ਹਾਂ ਕਿ ਤੁਸੀਂ ਇੱਕ ਸ਼ੈਨਗਨ ਵੀਜ਼ਾ ਲਓ ਅਤੇ 26-27 ਮੁਲਕ ਤੁਸੀਂ ਘੁੰਮ ਸਕਦੇ ਹੋ ਉੱਥੇ ਸਿਰਫ ਤੁਹਾਨੂੰ
ਜਦਕਿ ਇੱਥੇ ਸਾਡੀਆਂ ਜ਼ਮੀਨਾਂ ਵੀ ਨੇ ਜਿਹੜੀਆਂ ਬਾਰਡਰ ਤੋਂ ਦੂਜੇ ਪਾਸੇ ਨੇ ਜੀ, ਸਾਡੇ ਰਿਸ਼ਤੇਦਾਰ ਵੀ ਨੇ ਜਿਹੜੇ ਬਹੁਤ ਸਾਰੇ ਲੋਕ ਇੱਧਰ ਉੱਧਰ ਨੇ ਉੱਧਰ ਇੱਧਰ ਨੇ। ਜੇ ਤੁਹਾਡੀ ਇੱਕ ਲਕੀਰ ਬਣ ਗਈ ਆ ਤੇ ਤੁਸੀਂ ਚੰਗੇ ਗਵਾਂਢੀਆਂ ਵਾਂਗ ਵੀ ਰਹਿ ਸਕਦੇ ਆ ਜੀ। ਪਰ ਖੈਰ ਚਲੋ ਇਹ ਸਲਾਮਾਂ ਵਾਲੀ ਗੱਲ ਹੋ ਗਈ ਜੀ। ਗੱਲ ਬਾਗਾ ਬਾਰਡਰ ਦੀ ਸੀ ਕਿ ਉਹਨਾਂ ਨੇ ਕੋਵਿਡ ਦੇ ਦੌਰਾਨ ਕਾਫੀ ਦੇਰ ਤੋਂ ਬੰਦ ਸੀ ਤੇ ਬੀਤੇ ਦਿਨੀ ਉਹਨੂੰ ਖੋਲਣ ਦਾ ਜਿਹੜਾ ਆ ਐਲਾਨ ਕਰ ਦਿੱਤਾ। ਪਰ ਗੱਲ ਫਿਰ ਉੱਥੇ ਹੀ ਆ ਕਿ ਉਹਨਾਂ ਨੇ ਤੇ ਆਪਣੇ ਪਾਸੇ ਵਾਲਾ ਜਿੰਦਾ ਖੋਲ ਦਿੱਤਾ ਤੇ ਇਧਰਲੇ ਪਾਸੇ ਹਾਲੇ ਲੋਕ ਜਿਹੜਾ ਉਹ ਲੱਗਿਆ ਹੋਇਆ। ਚਾਹੀਦਾ ਇਸ ਸਰਕਾਰ ਨੂੰ ਵੀ ਸੀਗਾ ਜਾਂ ਉਸ ਸਰਕਾਰ ਨੂੰ ਵੀ ਇਹ ਚਾਹੀਦਾ ਸੀਗਾ ਕਿ ਦੋਨਾਂ ਦੇ ਵਿੱਚ ਇੱਕ ਬਾਇਲੈਟਰਲ ਟਾਕ ਕਰਕੇ ਦੋਨੋਂ ਹੀ ਇਕੱਠੇ ਖੋਲ ਦਿੰਦੇ। ਇੱਕ ਰਸਤਾ ਆ ਉਹਨੂੰ ਦੋ ਦਰਵਾਜ਼ੇ ਨੇ, ਦੋਨੋਂ ਬੰਦ ਨੇ, ਇੱਕ ਖੁੱਲ ਜਾਏਗਾ ਉਹਦੇ ਨਾਲ ਕੋਈ ਫਰਕ ਨਹੀਂ ਪਵੇਗਾ, ਦੋਨੋਂ ਪਾਸੇ ਖੁੱਲਣਗੇ ਫਿਰ ਹੀ ਲੋਕਾਂ ਦਾ ਜਿਹੜਾ ਆਉਣਾ ਜਾਣਾ ਆ ਉਹ ਹੋ ਸਕੇਗਾ। ਦੂਸਰੀ ਗੱਲ ਹਰਪ੍ਰੀਤ ਜੀ, ਜਿਹੜੀ ਤੁਸੀਂ ਦੱਸੀ ਆ ਕਿ ਕ੍ਰੋਸ ਬਾਰਡਰ ਟੈਰਰਿਜ਼ਮ ਜਾਂ ਕ੍ਰੋਸ ਬਾਰਡਰ ਜਿਹੜਾ ਡਰੱਗ ਇੱਧਰ ਉੱਧਰ ਹੁੰਦੇ ਆ ਉਹਦੇ ਲਈ ਤੁਸੀਂ ਬਾਰਡਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਤੁਸੀਂ ਦੋਨੋਂ ਪਾਸੇ ਦੀਆਂ ਸਰਕਾਰਾਂ ਜਾਂ ਦੋਨੋਂ ਪਾਸੇ ਜਿਹੜਾ ਸਿਕਿਉਰਿਟੀ ਸਿਸਟਮ ਆ ਉਹਨੂੰ ਮਜ਼ਬੂਤ ਕੀਤਾ ਜਾਵੇ। ਕਿਉਂਕਿ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੁੱਝ ਜਾਣ ਦੇ ਦਰੋਂ ਚਿਰਾਗ ਬਲਣਾ ਨਹੀਂ ਛੱਡਦੇ। ਲੋਕਾਂ ਨੇ ਆਉਣਾ ਆਉਣਾ ਜਾਣਾ ਤਾਂ ਹੈ, ਲੋਕਾਂ ਨੇ ਇੱਕ ਦੂਸਰੇ ਨਾਲ ਮਿਲਣਾ ਹੈ, ਦੇਸ਼ਾਂ ਦੇ ਵਿੱਚ ਵਪਾਰ ਵੀ ਹੋਣਾ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਾਕਿਸਤਾਨ ਤੋਂ ਫਿਰ ਇੰਡੀਆ ਆਉਂਦੀਆਂ ਨੇ ਤੇ ਉਹ ਬਾਏ ਦੁਬਈ ਜਾਂ UAE ਜਾਂ ਕਿਸੇ ਹੋਰ ਰਸਤੇ ਤੋਂ ਆਉਂਦੀਆਂ ਨੇ। ਇੱਧਰ ਜਿਹੜੀਆਂ ਚੀਜ਼ਾਂ ਉਧਰੋਂ ਆਉਂਦੀਆਂ ਉਧਰ ਨੂੰ ਜਾਂਦੀਆਂ ਨੇ ਉਹ ਵੀ ਫਿਰ ਕਿਸੇ ਉਸੇ ਰਸਤਿਓਂ ਘੁੰਮ ਕੇ ਆਉਂਦੀਆਂ ਨੇ। ਸੋ ਉਸ ਚੀਜ਼ ਦਾ ਅਸਰ ਤੇ ਫਿਰ ਆਮ ਲੋਕਾਂ ਤੇ ਹੀ ਪੈਂਦਾ। ਸੋ ਰਸਤੇ ਜਿਹੜੇ ਆ ਉਹ ਖੁੱਲਣੇ ਚਾਹੀਦੇ ਨੇ। ਹਾਂ, ਜਿਹੜੀਆਂ ਚੀਜ਼ਾਂ ਦੀ ਰੁਕਾਵਟ ਆ, ਜਿਹੜੀਆਂ ਚੀਜ਼ਾਂ ਦੀ ਜਾਂਚ ਪੜਤਾਲ ਦੀ ਜ਼ਰੂਰਤ ਆ, ਉੱਥੇ ਸੁਰੱਖਿਆ ਏਜੰਸੀਆਂ ਹਨ ਜੀ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਅਸੀਂ ਪਾਕਿਸਤਾਨ ਦੀ, ਤੇ ਪਾਕਿਸਤਾਨ ਵੱਲੋਂ ਕੱਲ੍ਹ ਤਾਲਿਬਾਨੀ ਨੇਤਾ ਮੁੱਲਾ ਰਸੂਲ ਨੂੰ ਰਿਹਾਅ ਕਰ ਦਿੱਤਾ ਗਿਆ, ਤੇ ਉਧਰੋਂ ਅਫਗਾਨਿਸਤਾਨ ਵਿੱਚ ਗੋਲੀਆਂ ਚੱਲੀਆਂ, ਉੱਥੋਂ ਦੀ ਜਿਹੜੀ ਮਹਿਲਾ ਬਲਖ ਦੀ ਮਹਿਲਾ ਗਵਰਨਰ ਸੀ ਸਲੀਮਾ ਵਜ਼ਾਰੀ, ਉਹਨੂੰ ਫੜ ਲਿਆ ਗਿਆ। ਬਹੁਤ ਕੁਝ ਇਕੱਠਾ ਇਕੱਠਾ ਜਿਹਾ ਚੱਲਣਾ ਸ਼ੁਰੂ ਹੋ ਗਿਆ। ਕੀ ਲੱਗਦਾ ਤੁਹਾਨੂੰ ਕਿ ਪਾਕਿਸਤਾਨ ਵੱਲੋਂ ਮੁੱਲਾ ਰਸੂਲ ਨੂੰ ਰਿਹਾਅ ਕਰਨਾ ਤੇ ਉਧਰੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਤੇ ਉੱਧਰ ਵੀ ਗੋਲੀਆਂ ਚੱਲੀਆਂ ਸਾਰਾ ਕੁਝ, ਕੀ ਕਿਧਰੇ ਜਾ ਕੇ ਕਿਧਰੇ ਕੋਈ ਮਿਲਗੋਬਾ ਜਿਹਾ ਬੰਦਾ ਪਿਆ? ਦੇਖੋ, ਜਿਹੜਾ ਮੁੱਲਾ ਰਸੂਲ ਨੂੰ ਛੱਡਿਆ ਗਿਆ ਜੀ, ਇਹ ਹੁਣ ਇਹ ਨਹੀਂ ਪਤਾ ਕਿ ਉਹਨਾਂ ਦੀ ਆਪਣੀ ਪੂਰੀ ਕਾਨੂੰਨੀ ਪ੍ਰਕਿਰਿਆ ਆ ਜੀ, ਤੇ ਜਾਂ ਫਿਰ ਤਾਲਿਬਾਨ ਨੂੰ GI ਨੂੰ ਆਖਦਿਆਂ ਹੋਇਆ ਜੀ ਉੱਥੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਕਿ ਜਾਓ ਹੁਣ ਤੁਸੀਂ ਰਾਜ ਭੋਗ ਲਓ ਜੀ। ਠੀਕ, ਔਰ ਇਹ ਜਿਹੜੀਆਂ ਘਟਨਾਕ੍ਰਮ ਜਿਹੜਾ ਤੁਸੀਂ ਗੋਲੀ ਦਾ ਵੀ ਦੱਸਦੇ ਹੋ ਜੀ, ਗੋਲੀ ਉੱਥੇ ਚੱਲੀ ਇਸ ਕਰਕੇ ਕਿਉਂਕਿ ਤਾਲਿਬਾਨ ਤੇ ਕਾਬਜ਼ ਹੋ ਗਿਆ ਜੀ, ਪਰ ਹੱਲੇ ਲੋਕਾਂ ਦੇ ਮਨ ਜਿੱਤਣੇ ਜਿਹੜੇ ਆ ਇਹ ਬੜੇ ਔਖੇ ਹੁੰਦੇ ਨੇ ਕਿਸੇ ਵੀ ਹਾਕਮ ਦੇ ਲਈ, ਚਾਹੇ ਉਹ ਤਾਨਾਸ਼ਾਹ ਹੋਵੇ ਚਾਹੇ ਲੋਕਤੰਤਰਿਕ ਤਰੀਕੇ ਦੇ ਨਾਲ ਬਣ ਕੇ ਆਇਆ ਹੋਵੇ। ਫਿਰ ਤਾਲਿਬਾਨ ਦੇ ਤਾਂ ਪਹਿਲਾਂ ਵੀ ਕਾਫੀ ਜ਼ਿਆਦਾ ਡਰ ਰਹਿ ਚੁੱਕਾ ਲੋਕਾਂ ਦਾ, ਦਹਿਸ਼ਤ ਰਹਿ ਚੁੱਕੀ ਹੈ, ਪਰ ਉਹ ਹੁਣ ਉਸ ਆਪਣੇ ਚਿਹਰੇ ਨੂੰ ਬਦਲਣਾ ਚਾਹੁੰਦਾ ਹੈ ਜੀ, ਹੁਣ ਕਾਫੀ ਨਰਮ ਨਰਮ ਰੁੱਖ ਅਖਤਿਆਰ ਕਰ ਰਿਹਾ ਕਿ ਅਸੀਂ ਔਰਤਾਂ ਦੀ ਭਾਗੀਦਾਰੀ ਬਣਾਵਾਂਗੇ। ਜੇਕਰ ਔਰਤਾਂ ਦੀ ਭਾਗੀਦਾਰੀ ਬਣਾਉਣੀ ਹੈ ਤੇ ਇਦਾਂ ਦੀ ਔਰਤ ਕਿੱਥੋਂ ਮਿਲ ਸਕਦੀ ਹੈ ਜਿਹੜੀ ਕਿ ਆਪਣੇ ਸਾਹਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਦੇ ਨਾਲ ਅੰਤ ਤੱਕ ਲੜੀ। ਬਿਲਕੁਲ, ਇਦਾਂ ਦੀਆਂ ਬਹਾਦਰ ਔਰਤਾਂ ਤਾਂ ਦੇਸ਼ ਨੂੰ ਚਾਹੀਦੀਆਂ ਸਨ। ਠੀਕ, ਪਰ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ। ਬਿਲਕੁਲ, ਔਰ ਉਸ ਤੋਂ ਬਾਅਦ ਜਿਹੜੇ ਝੰਡੇ ਸੀ ਉਹਨਾਂ ਦੇ ਆਪਣੇ ਸੰਗਠਨ ਦੇ ਉਹਨਾਂ ਦੇ ਝੰਡੇ ਚੜਾਉਣੇ ਸ਼ੁਰੂ ਕਰ ਦਿੱਤੇ। ਅਫਗਾਨਿਸਤਾਨ ਦਾ ਜਿਹੜਾ ਝੰਡਾ ਸੀ ਉਹ ਉਤਾਰ ਦਿੱਤਾ, ਪਰ ਲੋਕਾਂ ਨੇ ਇਸ ਨੂੰ ਚੰਗਾ ਨਹੀਂ ਸਮਝਿਆ। ਲੋਕਾਂ ਨੇ ਮੁੜ ਕੇ ਅਫਗਾਨਿਸਤਾਨ ਦਾ ਝੰਡਾ ਝੁਲਾਇਆ, ਔਰ ਉਸ ਤੋਂ ਬਾਅਦ ਕੀ ਹੋਇਆ, ਉੱਥੇ ਉਹ ਅਫਗਾਨ ਦੇ ਜਿਹੜੇ ਤਾਲਿਬਾਨ ਲੜਾਕੇ ਨੇ ਉਹ ਆਏ ਨੇ, ਉੱਥੇ ਗੋਲੀਬਾਰੀ ਹੋਈ ਆ, 3 ਲੋਕਾਂ ਦੀ ਮੌਤ ਵੀ ਹੋ ਗਈ ਆ, ਜਿੱਥੇ ਉਹ ਦੱਸਣਾ ਚਾਹੁੰਦੇ ਨੇ ਕਿ ਜਿਹੜੀ ਦਹਿਸ਼ਤ ਆ ਉਹ ਅਸੀਂ ਆਪਣਾ ਖੌਫ ਹੈ ਜਿਹੜਾ ਉਹ ਦਾਬਾ ਜਿਹੜਾ ਆ ਉਹ ਕਾਇਮ ਰੱਖਾਂਗੇ, ਚਾਹੇ ਉਹਨੂੰ ਅਸੀਂ ਗੋਲੀ ਨਾ ਰੱਖੀਏ, ਚਾਹੇ ਅਸੀਂ ਆਪਣੀ ਸਰਕਾਰ ਬਣਾ ਕੇ ਰੱਖੀਏ। ਇੱਕ ਪਾਸੇ ਤੇ ਸਰਕਾਰ ਬਣਾਉਣ ਦੇ ਲਈ, ਆਪਣਾ ਰਾਸ਼ਟਰਪਤੀ ਬਣਾਉਣ ਦੇ ਲਈ ਜਾਂ ਹੋਰ ਚੰਗਾ ਅਮਲਾ ਫੈਲਾ ਬਣਾਉਣ ਦੇ ਲਈ ਦਫ਼ਤਰ ਦੇ ਵਿੱਚ ਰਾਸ਼ਟਰਪਤੀ ਦੇ ਵਿੱਚ ਫੋਟਾਂ ਉਤਾਰੀਆਂ ਜਾਂਦੀਆਂ ਨੇ, ਨਵਿਆਂ ਦੀਆਂ ਚੜ੍ਹਾ ਦਿੱਤੀਆਂ ਜਾਂਦੀਆਂ ਨੇ। ਉੱਧਰ ਹਾਮਿਦ ਕਰਜ਼ਈ ਦੇ ਨਾਲ ਜਿਹੜੇ ਸਾਬਕਾ ਰਾਸ਼ਟਰਪਤੀ ਸੀ ਉਹਨਾਂ ਦੇ ਨਾਲ ਹੱਕਾਨੀ ਨੈੱਟਵਰਕ ਗੱਲਾਂ ਬਾਤਾਂ ਕਰਦਾ ਫਿਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਆਪਣੇ ਇਸ ਅਫਗਾਨਿਸਤਾਨ ਦੇ ਵਿੱਚ ਵਿਚਰੀਏ ਨਵੇਂ ਤਰੀਕੇ ਦੇ ਨਾਲ, ਔਰ ਨਾਮ ਤੱਕ ਬਦਲ ਦਿੱਤਾ ਗਿਆ ਆ ਔਰ ਅਫਗਾਨਿਸਤਾਨ ਦਾ। ਔਰ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਇਹ ਤਾਲਿਬਾਨ ਦੇ ਜਿੰਨੀ ਤੇਜ਼ੀ ਦੇ ਨਾਲ ਜਿੰਨੀ ਸਪੀਡ ਦੇ ਨਾਲ ਉਹਨਾਂ ਨੇ ਕਬਜ਼ਾ ਕੀਤਾ ਅਫਗਾਨਿਸਤਾਨ 'ਤੇ, ਓਨੀ ਹੀ ਸਪੀਡ ਦੇ ਨਾਲ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਇਹ ਪੈਰਲ ਚੀਜ਼ਾਂ ਚੱਲ ਰਹੀਆਂ ਨੇ। ਔਰ ਇਹ ਤੋਂ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਖਤੀ ਵੀ ਹੋਣੀ ਹੈ, ਪਰ ਨਾਲ ਦੀ ਨਾਲ ਕੁਝ ਕੁ ਲੋਕਾਂ ਨੂੰ ਅਖਤਿਆਰ ਵੀ ਮਿਲਣੇ ਨੇ, ਹੱਕ ਵੀ ਦਿੱਤੇ ਜਾਣਗੇ, ਉਹਨਾਂ ਨੂੰ ਜੀਣ ਦੇ ਲਈ ਜ਼ਿੰਦਗੀ ਵੀ ਦਿੱਤੀ ਜਾਊਗੀ। ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਜੇਕਰ ਆਪੋ ਆਪਣੇ ਜੇਕਰ ਇੱਥੇ ਤੁਸੀਂ ਦਫ਼ਤਰ ਰੱਖਣਾ ਚਾਹੁੰਦੇ ਹੋ
ਤਾਂ ਰਹੋ। ਨਾਲ ਦੀ ਨਾਲ ਉਹਨਾਂ ਨੇ ਧਮਕੀ ਵੀ ਦਿੱਤੀ ਹੈ ਕਿ ਸਾਡੀ ਜਿੱਦਣ ਸਾਰਾ ਸੈਟਅਪ ਹੋ ਗਿਆ 2 ਦਿਨਾਂ ਦੇ ਅੰਦਰ ਅੰਦਰ ਕੰਮ ਤੇ ਆ ਜਾਇਓ ਜੀ, ਤੇ ਜੇ ਨਾ ਆਏ ਤਾਂ ਫਿਰ पाकिस्तान तो एक लीडर नूं रिहा करन दी ओह गल बिल्कुल इन्होंने सही दसी आ कि ओह तालिबान नूं जी आया कहण लई ही उन्होंने उन्होंने रिहा किया। पाकिस्तान दा ते अफगानिस्तान दा जिहड़ा बॉर्डर आ उत्थे कुछ अजिहे इलाके भी हन जिथे बॉर्डर नां दी कोई चीज़ नहीं है, अफगानी ते पाकिस्तानी इधर उधर वैसे ही जाते रहते हैं। इसे इन्हां चीज़ां करके ही हाले तक असीं तीसरी दुनिया के देश कहाउंदे आ कि हाले तक साडे कोल जिहड़ी सभ्यता आ या सभ्यक आचार विहार जिहड़ा आ ओह बहुत चंगे तरीके नाल नहीं आया। देखो हुण फर्क आ थोड़ा जिहा, असीं हुणे गल करदे सी कि यूरोप दे विच लोक एक दूजे पासे जा सकदे ने ते सानूं ओह चंगे लगदे ने, जे अफगानिस्तान ते पाकिस्तान च जांदे ने ते असीं उहनां नूं कहिंदे आ कि ओह सभ्यक नहीं जी। पर फर्क जिहड़ा आ ओह उसे गल दा आ कि हालांकि सारियां ही वड्डियां कंट्रियां कोल, चाहे वह रशिया आ, चाहे वह फ्रांस आ, चाहे वह जापान आ, चाहे वह जर्मनी आ, चाहे वह अमरीका आ, चाहे आस्ट्रेलिया आ, उन्हां कोल अफगानियां नालों बहुत वड्डे हथियार ने जी। इन्हां कोल ते सिर्फ बंदूकां ही ने जिहड़ियां दिखाउंदे ने या कोई रॉकेट लॉन्चर होणगे, इन्हां कोल कोई जैविक हथियार नहीं आ, कोई परमाणु हथियार नहीं आ, पर देखण नूं इह ज़्यादा हिंसक लगदे ने, ज़्यादा घातक लगदे ने क्योंकि इह नाल चुक्की फिरदे ने, ते उत्थे जिहड़े हथियार ने उह सिर्फ और सिर्फ आर्मी कोल ने, उह प्रेजिडेंशियल ਉਹਦੇ ਵਿੱਚ ਮਹਿਲ ਦੇ ਵਿੱਚ ਰਾਸ਼ਟਰਪਤੀ ਦੇ ਮਹਿਲ ਦੇ ਵਿੱਚ ਐਵੇਂ ਹਥਿਆਰ ਲੈ ਕੇ ਕੁਰਸੀਆਂ 'ਤੇ ਲੋਕ ਬੈਠੇ ਨਜ਼ਰ ਨਹੀਂ ਆਉਂਦੇ। ਸੋ ਪਾਕਿਸਤਾਨ ਨੇ ਜਿਹੜੇ ਉਸ ਬੰਦੇ ਨੂੰ ਰਿਹਾ ਕੀਤਾ ਆ ਉਹ ਬਿਲਕੁਲ ਉਵੇਂ ਹੀ ਆ ਜਿਵੇਂ ਜੋਗੀ ਜੀ ਨੇ ਦੱਸਿਆ, ਕਿਉਂਕਿ ਅਸੀਂ ਕੱਲ੍ਹ ਦੀਆਂ ਜਾਂ ਪਿਛਲੇ ਦਿਨਾਂ ਦੀਆਂ ਜਿੰਨੀਆਂ ਵੀ ਖਬਰਾਂ ਪੜ੍ਹੀਆਂ ਉਹਦੇ 'ਚ ਇਹੀ ਗੱਲ ਸਾਹਮਣੇ ਆ ਰਹੀ ਆ ਕਿ ਪਾਕਿਸਤਾਨ, ਬੰਗਲਾਦੇਸ਼, ਚੀਨ, ਰੂਸ, ਇਰਾਨ, UAE ਇਹ ਸਾਰੇ ਮੁਲਕ ਜਿਹੜੇ ਨੇ ਉਹ ਤਾਲਿਬਾਨ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ। ਅਤੇ ਯੂਰਪ ਹਾਲਾਂਕਿ ਇਸ ਚੀਜ਼ ਤੋਂ ਥੋੜ੍ਹਾ ਜਿਹਾ ਦੂਰ ਆ ਪਰ ਫਿਰ ਵੀ ਉਹਨਾਂ ਨੂੰ ਇਸ ਗੱਲ ਦੀ ਵਿੱਚ ਆਪਣੀ ਹਾਨੀ ਜਾਂ ਆਪਣੀ ਹਾਰ ਨਜ਼ਰ ਆ ਰਹੀ ਆ। ਜਰਮਨ ਦੇ ਚਾਂਸਲਰ ਨੇ ਵੀ ਕੱਲ੍ਹ ਮੈਡਮ ਨੇ ਗੱਲ ਇਹ ਕੀਤੀ ਆ ਕਿ ਅਮਰੀਕਾ ਉੱਥੋਂ ਵਾਪਸ ਆ ਗਿਆ ਪਰ ਸਾਡੀਆਂ ਉੱਥੇ 60 ਤੋਂ ਜ਼ਿਆਦਾ ਜਰਮਨ ਫੌਜੀਆਂ ਦੀ ਮੌਤ ਹੋਈ ਆ 20 ਸਾਲਾਂ ਦੇ ਵਿੱਚ। ਅਤੇ ਅਸੀਂ ਗੱਲ ਕੀਤੀ ਸੀ ਕਿ ਬਹੁਤ ਵੱਡਾ ਆਰਥਿਕ ਨੁਕਸਾਨ ਨਾਟੋ ਫੋਰਸਿਸ ਨੂੰ ਝੱਲਣਾ ਪਿਆ, ਉਹਦੀ ਜਿਹੜੀ ਅਮਾਊਂਟ ਆ ਉਹ ਲੱਖਾਂ ਕਰੋੜਾਂ 'ਚ ਦੱਸੀ ਜਾ ਰਹੀ ਹੈ। ਅਤੇ ਇਹ ਤਾਂ ਸੀ ਉਹਨਾਂ ਫੌਜਾਂ ਦੀ ਜਿਹੜੇ ਬਾਹਰੋਂ ਆ ਕੇ ਇੱਥੇ ਲੜੇ, ਅਤੇ ਜਿੱਥੇ ਉਹਨਾਂ ਨੇ ਇਹ ਲੜਾਈ ਲੜੀ ਆ ਉੱਥੇ ਕਿੰਨਾ ਨੁਕਸਾਨ ਹੋਇਆ ਹੋਵੇਗਾ, ਉਹਨਾਂ ਜਾਨਾਂ ਦੀ ਤਾਂ ਕੋਈ ਕੀਮਤ ਚੁਕਾ ਹੀ ਨਹੀਂ ਸਕਦਾ। ਅਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਉਦਾਰਵਾਦ ਦੀ, ਠੀਕ ਆ ਤਾਲਿਬਾਨ ਕੁਝ ਉਦਾਰਵਾਦ ਰਵੱਈਆ ਦਿਖਾ ਰਹੇ ਨੇ ਪਰ ਇਹ ਹਾਲੇ ਤੱਕ ਜਿੱਦਾਂ ਇਹਨਾਂ ਨੇ ਦੱਸਿਆ ਕਿ ਉਹ ਵਿਸ਼ਵਾਸ ਬਣਾਉਣਾ ਪਵੇਗਾ, ਫਿਰ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਵਾਕਈ ਉਹ ਉਦਾਰ ਹੋਏ ਨੇ। ਕਿਉਂਕਿ ਹਾਲੇ ਤੱਕ ਤਾਂ ਉਹ ਸਿਰਫ ਔਰ ਸਿਰਫ ਉਸ ਗਨ ਕਲਚਰ ਦੇ ਨਾਲ ਹੀ ਉਹਨਾਂ ਨੇ ਉਹ ਸਾਰਾ ਜਿਹੜਾ ਸਿਸਟਮ ਆ ਉਹ ਜਿੱਤਿਆ। ਅਤੇ ਇੱਕ ਸਰਕਾਰ ਜਿਹੜੀ 20 ਸਾਲ ਤੋਂ ਅਮਰੀਕਾ ਨੇ ਉੱਥੇ ਬਿਠਾਲ ਕੇ ਰੱਖੀ ਸੀ, ਅਸ਼ਰਫ ਗਨੀ ਸੀ, ਉਸ ਤੋਂ ਪਹਿਲਾਂ ਹਾਮਿਦ ਕਰਜ਼ਈ ਸੀ, ਉਹ ਸਰਕਾਰ ਜਿਹੜੀ ਆ ਉਹ ਯਕਦਮ ਢੈਂਦੀ ਨਜ਼ਰ ਆਈ ਅਤੇ ਅਸ਼ਰਫ ਗਨੀ ਸਾਹਿਬ ਆਪਣਾ ਹੈਲੀਕਾਪਟਰ ਲੈ ਕੇ ਭਰ ਕੇ ਡਾਲਰ ਅਤੇ ਉੱਥੋਂ ਵਾਪਸ ਚਲੇ ਗਏ। ਜਿਹੜੇ ਸਾਬਕਾ ਉਹਨਾਂ ਨੇ ਉਹਨਾਂ ਦੇ ਜਿਹੜੇ ਵਜ਼ੀਰ 2 ਨੰਬਰ ਦੇ ਸੀਗੇ ਉਹਨਾਂ ਨੇ ਵਾਈਸ ਪ੍ਰੈਜੀਡੈਂਟ ਸੀ, ਉਹਨਾਂ ਨੇ ਹਾਲਾਂਕਿ ਕਿਹਾ ਕਿ ਮੈਂ ਇੱਥੇ ਰਹਾਂਗਾ ਅਤੇ ਮੈਂ ਲੜਾਂਗਾ, ਪਰ ਮੁੜ ਕੇ ਕੋਈ ਉਹਨਾਂ ਦੀ ਖਬਰ ਜਿਹੜੀ ਨਜ਼ਰ ਨਹੀਂ ਆਈ। ਲੇਡੀਜ਼ ਗਵਰਨਰ ਜਿਹਨਾਂ ਦੀ ਤੁਸੀਂ ਗੱਲ ਕੀਤੀ ਆ ਜਾਂ ਕੁਝ ਲੋਕਲ ਲੋਕਾਂ ਨੇ ਤਾਲਿਬਾਨ ਦਾ ਵਿਰੋਧ ਜ਼ਰੂਰ ਕੀਤਾ ਆ, ਸੋ ਉਸ ਵਿਰੋਧ ਨੂੰ ਵੀ ਉਹਨਾਂ ਨੇ ਝੱਲਣ ਦੀ ਜ਼ਹਿਮਤ ਨਹੀਂ ਉਠਾਈ ਜਾਂ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਗੱਲ ਨਹੀਂ ਕੀਤੀ, ਬਲਕਿ ਗੋਲੀਆਂ ਚਲਾ ਦਿੱਤੀਆਂ। ਜਦੋਂ ਤੁਸੀਂ ਸਰਕਾਰ ਬਣਾ ਲੈਣੀ ਆ, ਤੁਹਾਡੀ ਗੱਲਬਾਤ ਚੱਲਦੀ ਆ, ਸਾਰਿਆਂ ਨਾਲ ਗੱਲਬਾਤ ਹੋ ਰਹੀ ਆ, ਬ੍ਰਿਟੇਨ ਨੇ ਵੀ ਕਿਹਾ ਕਿ ਅਸੀਂ ਇਹਨਾਂ ਨੂੰ ਸਮਰਥਨ ਇੱਕ ਪਾਸੜ ਨਹੀਂ ਦੇਵਾਂਗੇ, ਜੇ ਆਮ ਲੋਕਾਂ ਦੀ ਸਹਿਮਤੀ ਹੋਵੇਗੀ ਜਾਂ ਸਰਕਾਰੀ ਪੱਖ ਜਿਹੜਾ ਨਾਲ ਰਹੇਗਾ ਤਾਂ ਹੀ ਇਹਨਾਂ ਨੂੰ ਸਮਰਥਨ ਦੇਵਾਂਗੇ। ਦੇਖੋ ਬਦਲਾਵ ਜ਼ਰੂਰ ਆ, ਤਾਲਿਬਾਨ 20 ਸਾਲ ਪਹਿਲਾਂ ਵਾਲਾ ਤਾਲਿਬਾਨ ਨਹੀਂ ਆ, ਪਰ ਉਹ ਬਿਲਕੁਲ ਹੀ ਯੂਰਪੀਅਨ ਸਿਸਟਮ ਦਾ ਇੱਕ ਡੈਮੋਕਰੈਟਿਕ ਪ੍ਰੋਸੈਸ ਲੈ ਆਉਣਗੇ, ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈ। ਹਾਲੇ ਜਿਹੜਾ ਆ ਰੋਲ ਕਚੋਲਾ ਜ਼ਰੂਰ ਚੱਲੇਗਾ, ਜਿਹੜਾ ਤੁਸੀਂ ਮਿਲ ਗੋਭਾ ਕਿਹਾ ਉਹ ਜ਼ਰੂਰ ਰਹੇਗਾ, ਪਰ ਉਸ ਕੇਸ ਦੇ ਵਿੱਚ ਵੀ ਨੁਕਸਾਨ ਜਿਹੜਾ ਉਹ ਆਮ ਜਨਤਾ ਦਾ ਹੀ ਆ। ਉਹ ਜਿਹੜਾ ਦੇਸ਼ ਆ ਉੱਥੇ ਸ਼ਾਂਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਆਉਣੀ ਆ। ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਉਹਦੀ ਬੜੀ ਤਫਸੀਲ ਜੀ ਦੱਸੀ ਸੀ ਯੋਗੀ ਸਾਹਿਬ, 1838 ਤੋਂ ਲੈ ਕੇ ਹੁਣ ਤੱਕ ਅਫਗਾਨਿਸਤਾਨ ਕਦੇ ਜਿੱਤਿਆ ਨਹੀਂ ਗਿਆ, ਕੋਈ 10 ਸਾਲ ਲਈ ਉੱਥੇ ਰਿਹਾ, ਕੋਈ 5 ਸਾਲ ਲਈ ਰਿਹਾ, ਕੋਈ 20 ਸਾਲ ਲਈ ਰਿਹਾ। ਸੋ ਗੱਲ ਇਹ ਆ ਕਿ ਕਿਸੇ ਹੁਣ ਅਮਰੀਕਾ ਨੇ ਵੀ ਕੱਲ੍ਹ ਇਹੀ ਗੱਲ ਕੀਤੀ ਆ ਕਿ ਅਸੀਂ ਉੱਥੇ ਰਹਿ ਕੇ ਸਰਕਾਰ ਬਣਾ ਕੇ ਨਹੀਂ ਦੇ ਸਕਦੇ ਜਾਂ ਅਸੀਂ ਸਰਕਾਰ ਨਹੀਂ ਬਣਾ ਸਕਦੇ, ਅਫਗਾਨੀ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਬਿਲਕੁਲ, ਪਰ ਇਹੋ ਜੋ ਕੁਛ ਤਾਲਿਬਾਨ ਕਰ ਰਹੇ ਨੇ ਜਾਂ ਜਿੱਦਾਂ ਦਾ ਉੱਥੇ ਵਿਰੋਧ ਛੋਟਾ ਮੋਟਾ ਸਮਝ ਆ ਰਿਹਾ, ਉੱਥੋਂ ਤਾਂ ਇਹੀ ਲੱਗਦਾ ਕਿ ਅਫਗਾਨੀ ਲੋਕ ਵੀ ਤਾਲਿਬਾਨ ਦੇ ਬਹੁਤ ਹੀ ਹੱਦ ਤੱਕ ਸਮਰਥਨ 'ਚ ਹੀ ਨੇ। ਸੋ ਆਉਣ ਵਾਲੇ ਦਿਨਾਂ 'ਚ ਕੀ ਹੋਵੇਗਾ ਉਹ ਸਮਝ ਲੱਗੇਗੀ। ਸਰਕਾਰ ਜਿਹੜੀ ਆ ਉਹ ਜ਼ਰੂਰ ਬਣਾਉਣਗੇ ਕਿਉਂਕਿ ਉਹਨਾਂ ਦੇ ਜਿਹੜੇ 2-3-4
फेस आ हुण सामने आ गए ने। इस तो पहला तो वह सिर्फ कबायली लड़ाकू सी या एक संगठन सी जिहड़ा सरकार दे एंटी काम करदा सी। उन्हां दीआं बहुतीआं शकलां ते बहुत चंगे चंगे पत्रकारां नूं ही पता सी, नहीं तो बंदिआं नूं पता ही नहीं सी कि रसूल कौण आ, अखंदर कौण आ, बिरादर कौण आ। इह हुण हौली हौली फेस जिहड़े सामने आ रहे ने ते उन्हां दीआं गल्लां बातां भी शुरू होईआं ने, सरकार आउण वाले दिनां च जरूर बणाउणगे, पर एक शांति दी प्रक्रिया नूं हले समां लगेगा। ਇਸੇ ਗੱਲ ਨੂੰ ਅਸੀਂ ਅੱਗੋਂ ਵੀ ਚੱਲਦਾ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਤੇ ਹੁਣ ਜੇ ਅਸੀਂ ਗੱਲ ਕਰ ਲਈਏ ਕਿ ਮੈਂ ਵੀ ਛੂ ਲੈਣਾ ਆਕਾਸ਼, ਮੌਕੇ ਦੀ ਹੈ ਮੈਨੂੰ ਤਲਾਸ਼, ਅਕਸਰ ਇਹ ਔਰਤ ਦੇ ਲਈ ਕਿਹਾ ਜਾਂਦਾ ਸੀ, ਪਰ ਅੱਜ ਹੁਣ ਉਹ ਸਮਾਂ ਨਹੀਂ ਰਿਹਾ। ਤੇ ਅੱਜ ਔਰਤ ਵੀ ਕਹਿੰਦੀ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਆਪਣੇ ਰਾਹ ਆਪ ਬਣਾਉਂਦੀ ਹੈ, ਬਲਕਿ ਦੂਸਰਿਆਂ ਲਈ ਵੀ ਪੈਣਾ ਛੱਡਦੀ ਹੈ। ਤੇ ਹੁਣ ਇਹ ਖਬਰਾਂ ਆਈਆਂ ਨੇ ਕਿ NDA ਦਾ ਜਿਹੜਾ ਇਗਜ਼ਾਮ ਹੈ ਉਹਦੇ ਲਈ ਔਰਤ ਹੈ ਜਿਹੜੀ, ਉਹਨੂੰ ਵੀ ਕਹਿ ਦਿੱਤਾ ਗਿਆ ਜੀ ਉਹ ਵੀ ਆ ਸਕਦੀ ਹੈ ਡਿਫੈਂਸ ਦੇ ਵਿੱਚ ਵੀ। ਤੇ ਨਾਲ ਹੀ ਇੱਕ ਹੋਰ ਕੱਲ੍ਹ ਦੀ ਚਰਚਾ ਹੈ ਕਿ 2027 ਦੇ ਵਿੱਚ ਮਹਿਲਾ ਚੀਫ ਜਸਟਿਸ ਮਿਲ ਸਕਦੀ ਹੈ ਭਾਰਤ ਨੂੰ, ਜੋ ਕਿ ਬਹੁਤ ਵੱਡੀ ਗੱਲ ਹੈ। ਬਿਲਕੁਲ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਾਡੇ ਹੁਣ ਵਾਲੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦਾ ਕੀ ਰਵੱਈਆ ਰਹੇਗਾ? ਗੱਲ ਕਰਦੇ ਸੀ ਤੁਹਾਡੇ ਵਿਮੈਨ ਐਮਪਾਵਰਮੈਂਟ ਦੀ, ਦੋਨੋਂ ਕੇਸ ਨੇ, ਦੋਨੋਂ ਹੀ ਬਹੁਤ ਚੰਗੇ ਕੇਸ ਨੇ। ਸੁਪਰੀਮ ਕੋਰਟ 'ਚ ਕੇਸ ਲੱਗਿਆ ਸੀ, ਜਸਟਿਸ ਰਿਸ਼ੀਕੇਸ਼ ਰੋਏ ਸੀ ਉਸ ਬੈਂਚ ਦੇ ਮੁਖੀ, ਜਿਨ੍ਹਾਂ ਦੇ ਕੋਲ ਇੱਕ ਕੇਸ ਸੀ ਕਿ ਔਰਤਾਂ ਨੂੰ NDA ਦੇ ਵਿੱਚ ਆਉਣ ਦਾ ਜਿਹੜਾ ਮੌਕਾ ਉਹ ਦਿੱਤਾ ਜਾਵੇ। ਇਸ ਤੋਂ ਪਹਿਲਾਂ ਉਹ ਆਉਂਦੇ ਸੀ ਪਰ ਉਹ ਸਿਰਫ ਕਮਿਸ਼ਨ ਹੁੰਦੇ ਸੀ, ਸਥਾਈ ਅਫਸਰ ਨਹੀਂ ਬਣਦੇ ਸੀ। ਪਰ ਹੁਣ ਸੁਪਰੀਮ ਕੋਰਟ ਨੇ ਉੱਥੇ ਇੱਕ ਜਿਹੜਾ ਫੈਸਲਾ ਕੀਤਾ ਕਿ ਔਰਤਾਂ ਜਿਹੜੀਆਂ ਆ, ਕੁੜੀਆਂ ਜਿਹੜੀਆਂ ਆ, ਇਸ ਟੈਸਟ ਦੇ ਵਿੱਚ ਭਾਗ ਲੈ ਕੇ ਜਦੋਂ ਉਹ ਉਸ ਚੀਜ਼ ਨੂੰ ਪਾਸ ਕਰਨਗੀਆਂ ਤਾਂ ਉਹ ਫੌਜ ਦੇ ਵਿੱਚ ਕਮਿਸ਼ਨਡ ਅਫਸਰ ਬਣਗੀਆਂ ਅਤੇ ਉਹ ਸਥਾਈ ਅਫਸਰ ਵੀ ਬਣਗੀਆਂ। ਅਤੇ ਇਸ ਗੱਲ ਤੋਂ ਇਹ ਆਸ ਬੱਝਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਔਰਤ ਮਹਿਲਾ ਜਨਰਲ ਵੀ ਬਣੇ ਫੌਜ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਸਥਾਈ ਅਫਸਰ ਬਣੋਗੇ ਫਿਰ ਤੁਹਾਡੀ ਤਰੱਕੀ ਹੋਏਗੀ। ਬਿਲਕੁਲ, ਤਰੱਕੀ ਹੁੰਦੇ ਹੁੰਦੇ ਫਿਰ ਤੁਸੀਂ ਉਸ ਟੌਪ ਪੋਸਟ ਤੱਕ ਪਹੁੰਚ ਸਕਦੇ ਹਾਂ। ਪਹਿਲਾਂ ਸਿਰਫ ਉਹ ਕਮਿਸ਼ਨਡ ਅਫਸਰ ਹੁੰਦੇ ਸੀ ਕੁਝ ਥੋੜ੍ਹੇ ਸਮੇਂ ਦੇ। ਇੱਕ ਸੁਪਰੀਮ ਕੋਰਟ ਦਾ ਫੈਸਲਾ ਆ, ਪਰ ਇਹਨੂੰ ਤੁਸੀਂ ਇੱਦਾਂ ਦੇਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਔਰਤਾਂ ਦੀ ਸਥਿਤੀ ਜੇ ਤੁਸੀਂ ਹਿਸਟਰੀ 'ਚ ਥੋੜ੍ਹਾ ਜਿਹਾ ਪਿੱਛੇ ਜਾਓ ਤਾਂ ਬਹੁਤ ਚੰਗੀ ਦੇਖੀ ਗਈ। ਨੌਰਥ ਈਸਟ ਦੇ ਵਿੱਚ ਔਰਤਾਂ ਹਾਲੇ ਵੀ ਲੀਡ ਕਰਦੀਆਂ ਨੇ ਫੈਮਿਲੀਜ਼ ਨੂੰ, ਪਰ ਇੱਥੇ ਫੌਜ ਦੇ ਵਿੱਚ ਆਉਣ ਲਈ ਕੁਛ ਸਮਾਂ ਜ਼ਰੂਰ ਲੱਗਾ, ਪਰ ਇੱਕ ਚੰਗੀ ਪਹਿਲ ਆ ਅਤੇ ਔਰਤਾਂ ਲਈ ਨਵੇਂ ਜਿਹੜੇ ਆ ਦਰਵਾਜ਼ੇ ਜਾਂ ਰਸਤੇ ਜਿਹੜੇ ਨੇ ਉਹ ਖੁੱਲ੍ਹਣਗੇ। ਜਿੱਦਾਂ ਤੁਸੀਂ ਹੁਣੇ ਇੱਕ ਸ਼ੇਅਰ ਦੱਸਿਆ ਸੀਗਾ ਕਿ ਔਰਤਾਂ ਵੀ ਚਾਹੁੰਦੀਆਂ ਨੇ ਕਿ ਸਾਰਾ ਅਸਮਾਨ ਉਹਨਾਂ ਦਾ ਹੋਵੇ ਅਤੇ ਉਹ ਵੀ ਉੱਡ ਸਕਣ। ਬਿਲਕੁਲ, ਦੇਖੋ ਇਹ ਬਹੁਤ ਚੰਗੀ ਇੱਕ ਖਬਰ ਹੈ, ਸੁਖਦ ਖਬਰ ਹੈ ਕਿ ਜੇਕਰ ਤੁਸੀਂ ਨਿਆਂ ਦੇ ਤੌਰ 'ਤੇ ਇੱਕ ਉਸ ਔਰਤ ਨੂੰ ਦੇਖਦੇ ਹੋ, ਠੀਕ ਹੈ ਨਾ, ਕਿ ਜਿਹੜੀ ਤੁਹਾਡੇ ਬਹੁਤ ਵੱਡੇ ਪੱਧਰ ਦੇ ਉੱਪਰ ਇੱਕ ਬਹੁਤ ਵੱਡੀ ਪਦਵੀ ਦੇ ਉੱਪਰ ਬੈਠਣੀ ਹੈ, ਔਰ ਭਾਰਤ ਇਸ ਗੱਲ ਦੇ ਲਈ ਸਭ ਤੋਂ ਪਹਿਲਾਂ ਜੇਕਰ ਇਹ ਔਰਤਾਂ ਨੂੰ ਮਾਣ ਦੇਣ ਦੀ ਗੱਲ ਕਰੀ ਜਾਵੇ ਤਾਂ ਭਾਰਤ ਇਸ ਗੱਲ ਦੇ ਵਿੱਚ ਹਮੇਸ਼ਾ ਤੋਂ ਹੀ ਇਹ ਹਾਮੀ ਰਿਹਾ ਕਿ ਔਰਤਾਂ ਨੂੰ ਅੱਗੇ ਲਿਆਂਦਾ ਜਾਵੇ, ਚਾਹੇ ਉਹ ਰਾਸ਼ਟਰਪਤੀ ਬਣਾ ਕੇ ਹੈ, ਚਾਹੇ ਪ੍ਰਧਾਨ ਮੰਤਰੀ ਬਣਾ ਕੇ ਹੈ, ਚਾਹੇ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਬਣਾ ਕੇ ਹੈ, ਹਰ ਪਾਸਿਓਂ ਹਰ ਲੈਵਲ ਦੇ ਉੱਪਰ ਔਰਤਾਂ ਨੂੰ ਅੱਗੇ ਲਿਆਂਦਾ ਗਿਆ। ਜਿਵੇਂ ਤੁਸੀਂ ਫੌਜ ਦੀ ਵੀ ਗੱਲ ਕੀਤੀ ਹੈ, ਫੌਜ ਦੇ ਵਿੱਚ ਵੀ ਅੱਗੇ ਆਈਆਂ ਨੇ। ਹੁਣ ਜਦੋਂ ਜੱਜਾਂ ਦੀ ਗੱਲ ਚੱਲੀ ਹੈ, ਚੀਫ ਜਸਟਿਸ ਆਫ ਇੰਡੀਆ ਦੀ ਗੱਲ ਚੱਲੀ ਹੈ, ਉਹਦੇ ਵਿੱਚ ਵੀ ਇਹ ਖਬਰ ਸੁਣਨੀ ਕੰਨਾਂ ਨੂੰ ਰਸ ਦਿੰਦੀ ਹੈ ਕਿ ਉਹ ਔਰਤ ਜਿਹੜੀ ਕਿਸੇ ਸਮੇਂ ਜਿਹਦਾ ਚੁੱਲ੍ਹੇ ਚੌਂਕੇ ਦੇ ਰਾਜ ਹੁੰਦਾ ਸੀ, ਉਹ ਆਪਣੇ ਘਰ ਦੀ ਸਰਦਲ ਟੱਪਦੀ ਹੈ, ਬਾਹਰ ਨਿਕਲਦੀ ਹੈ, ਆਪਣੇ ਚਾਵਾਂ ਦੇ ਆਕਾਸ਼ ਦੇ ਵਿੱਚ ਉੱਡਦੀ ਹੈ, ਅਤੇ ਉੱਡਦੀ ਉਸ ਆਕਾਸ਼ ਦੇ ਵਿੱਚ ਉਸ ਸਿੰਘਾਸਨ 'ਤੇ ਬੈਠਣਾ ਜਿੱਥੇ ਉਹਨੇ ਲੋਕਾਂ ਦੇ ਵੱਡੇ ਵੱਡੇ ਫੈਸਲੇ ਕਰਨੇ, ਕਾਨੂੰਨ ਜਿਹੜੇ ਆ ਉਹ ਲੋਕਾਂ ਨੂੰ ਦੱਸਣੇ ਆ, ਸਿਖਾਉਣੇ ਆ। ਕਿਉਂਕਿ ਦੇਖੋ ਅਸੀਂ ਜਦੋਂ ਨਿਆਂ ਦੀ ਮੂਰਤੀ ਦੇਖਦੇ ਹਾਂ, ਔਰ ਉਹ ਮੂਰਤੀ ਜਿਹੜੀ ਹੈ ਉਹ 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 ਵੀ ਇੱਕ ਇੱਕ ਔਰਤ ਦਾ ਪ੍ਰਤੀਕ ਆ, ਠੀਕ ਹੈ ਨਾ। ਔਰ ਇਸ ਵੇਲੇ ਜਦੋਂ ਜੱਜ ਬਣ ਜਾਣੀ ਹੈ ਸਾਡੀ ਮਹਿਲਾ ਜੱਜ ਜਿਹੜੀ ਹੋਣੀ ਹੈ, ਉਹ ਵੀ ਬਹੁਤ ਚੰਗੀ ਗੱਲ ਹੈ। ਸਿਫਾਰਿਸ਼ ਹੋ ਗਈ 9 ਨਾਵਾਂ ਦੀ, 3 ਵਿੱਚ ਮਹਿਲਾ ਜੱਜਾਂ ਦੇ ਨਾਮ ਨੇ। ਅਸੀਂ ਆਸ ਕਰ ਸਕਦੇ ਹਾਂ ਕਿ ਇਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਾਰਤ ਨੂੰ ਇਹ ਮਹਿਲਾ ਜਿਹੜੀ ਚੀਫ ਜਸਟਿਸ ਮਿਲ ਜਾਵੇ, ਬੜੀ ਚੰਗੀ ਖਬਰ ਸੁਣਨ ਨੂੰ ਮਿਲੀ। ਤੇ ਹੁਣ ਜਿਹੜੇ ਚੀਫ ਜਸਟਿਸ ਚੱਲ ਰਹੇ ਨੇ ਉਹਨਾਂ ਦਾ ਕੀ ਰਵੱਈਆ ਹੋ ਸਕਦਾ ਸਾਨੂੰ? ਉਹ 'ਚ ਮੈਨੂੰ ਬੜਾ ਵਧੀਆ ਲੱਗਿਆ ਕਿ ਜਦੋਂ ਮੇਲ ਇਹ ਕਹਿਣ ਕਿ ਹਾਂਜੀ ਜੀ ਫੀਮੇਲ ਦਾ ਉੱਚਾ ਦਰਜਾ ਹੈ, ਇਹ ਵੀ ਸੁਣਨਾ ਆਪਣੇ ਆਪ 'ਚ ਬੜੀ ਵਧੀਆ ਗੱਲ ਹੈ। ਹੋਣਾ ਚਾਹੀਦਾ, ਹੋਣਾ ਚਾਹੀਦਾ। ਦੇਖੋ ਜਦੋਂ ਚੀਫ ਜਸਟਿਸ ਆਫ ਇੰਡੀਆ ਦੀ ਗੱਲ ਕਰਦੇ ਹਾਂ ਤੇ ਜੋਗੀ ਜੀ ਨੇ ਇੱਕ ਬੜੀ ਸੋਹਣੀ ਗੱਲ ਦੱਸੀ ਕਿ ਨਿਆਂ ਦੀ ਦੇਵੀ ਦੀ ਜਿਹੜੀ ਫੋਟੋ ਆ, ਜਿਹੜੀ ਮੂਰਤੀ ਆ, ਉਹ ਆਮ ਤੌਰ 'ਤੇ ਜੱਜਸ ਦੇ ਚੈਂਬਰ ਦੇ ਵਿੱਚ ਵੀ ਲੱਗੀ ਆ ਅਤੇ ਅਦਾਲਤਾਂ ਦੇ ਬਾਹਰ ਵੀ ਉਹ ਦੇਖਣ ਨੂੰ ਮਿਲਦੀ ਆ। ਅਤੇ ਜੇ ਨਿਆਂ ਦੀ ਦੇਵੀ ਉਸ ਔਰਤ ਦਾ ਪ੍ਰਤੀਕ ਆ ਤਾਂ ਉਹੀ ਔਰਤ ਉਸ ਕੁਰਸੀ 'ਤੇ ਵੀ ਬੈਠ ਸਕਦੀ ਆ ਜਿਹਨੇ ਅਸਲ 'ਚ ਨਿਆਂ ਕਰਨਾ।
जे असी उस रुतबे की गल करिए तो भारत के न्यायिक प्रणाली के सब तो वड्डा रुतबा है, उसका कोई होर तोड़ नहीं। चीफ जस्टिस ऑफ इंडिया CJI जिन्होंने असं कहने वो बहुत वड्डा अहुदा है। जे असी उवें गल कर लईए तो राष्ट्रपति तो बाद प्रधानमंत्री के, प्रधानमंत्री तो बाद जे किसी शख्स का नाम लिया जाता तो चीफ जस्टिस ऑफ इंडिया है। कॉलजियम एक सिस्टम आ जजा नियुक्त करन दा, उहदे च बहुत सारिया घूमण घेरिया ने, उहदा एक सिस्टम आ, उहदे च मिनिस्ट्री ऑफ फाइनेंस भी आ, होम मिनिस्ट्री भी आ, ते PMO भी उहदे च दखलअंदाजी करदा आ। चीफ जस्टिस जिहड़े ने जां सुप्रीम कोर्ट के जज जिहड़े ने डिमांड करदे ने ते PMO तों उह फाइल जिहड़ी हो के आउंदी आ फिर उह कॉलजियम च आउंदी आ। इसे तरीके नाल जदों सिफारिश होई आ नावां दी ते आस आ कि उहनां नावां ते मोहर लग जानी आ, फिर जदों मोहर लग जानी आ तो सीनियोरिटी के हिसाब नाल आस की जा रही है कि 5 साल बाद या 4 साल बाद या 6 साल बाद अकॉर्डिंग टू द सीनियोरिटी ये सारी चीज़ां सिस्टम च रहिंदियां, तो एक चीफ जस्टिस जिहड़ा भारत नूं मिलेगा वह एक औरत हो सकती है। मैनूं इदां लगदा कि एक बहुत चंगी गल है, पर यह एक बहुत वड्डी खबर नहीं होनी चाहिए, एक नॉर्मल गल है। जे बराबरी की गल है जो तुसीं इन्नी देर तक बंदे बनते रहे, जे औरत भी बन जाएगी तो किड्डी गल, बननी चाहिए पहले ही बन जानी चाहिए सी, कोई वड्डी गल नहीं। तो दूसरी गल यह आ कि मैनू परसनली ये आ कि औरतां मर्दां दे मुकाबले न्याय नूं ज़्यादा चंगी तरह समझ सकणगियां, ज़्यादा चंगी तरह वो फैमिली सिस्टम आ या हे कोई छोटियां समाजिक दियां समाज दियां बुराइयां ने जां समाज दियां होर गल्लां ने, वह मर्दां दे मुकाबले ज़्यादा सुहिरदता नाल बहुत सारियां चीज़ां नूं देख सकणगियां, तो एक चंगी गल है। ਤੁਸੀਂ ਗੱਲ ਕੀਤੀ ਮੌਜੂਦਾ ਚੀਫ ਜਸਟਿਸ ਦੀ, ਜਸਟਿਸ NV ਰਮਣਾ ਹੁਣ ਸਾਡੇ ਚੀਫ ਜਸਟਿਸ ਨੇ, ਹੁਣੇ ਜੇ ਉਹ ਬਣੇ ਨੇ, ਕਿਉਂਕਿ ਉਹਨਾਂ ਦੀ ਉਮਰ ਪਹਿਲਾਂ ਵਕਾਲਤ ਕਰਦੇ ਨੇ ਬਹੁਤ ਸਾਲ, ਫਿਰ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਨੇ, ਫਿਰ ਹਾਈ ਕੋਰਟ 'ਚ ਜੱਜ ਬਣਦੇ ਨੇ, ਫਿਰ ਸੁਪਰੀਮ ਕੋਰਟ ਜਾਂਦੇ ਨੇ, ਅਤੇ ਜਸਟਿਸ ਚੀਫ ਜਸਟਿਸ ਬਣਦਿਆਂ ਬਣਦਿਆਂ ਉੱਥੇ ਤੱਕ ਪਹੁੰਚ ਜਾਂਦੇ ਨੇ ਕਿ ਤੁਹਾਨੂੰ ਵੱਧ ਤੋਂ ਵੱਧ 1-2 ਸਾਲ ਜਾਂ 3 ਸਾਲ ਹੀ ਮਿਲਦੇ ਨੇ, ਇਸ ਤੋਂ ਘੱਟ ਸਮਾਂ ਨਹੀਂ ਮਿਲਦਾ, ਬਹੁਤੀ ਵਾਰ ਤਾਂ ਇਹ ਜਿਹੜਾ ਸਮਾਂ ਆ ਉਹ ਮਹੀਨਿਆਂ 'ਚ ਹੀ ਹੁੰਦਾ। ਉਹਨਾਂ ਨੇ ਇਹਦੇ 'ਤੇ ਕੋਈ ਪ੍ਰਤੀਕਰਮ ਨਹੀਂ ਕੀਤਾ। ਦੇਖੋ ਜੇ ਉਹ ਬਹੁਤ ਬਹੁਤ ਜ਼ਿਆਦਾ ਸਿਆਣੇ ਜਾਂ ਸੂਝਵਾਨ ਲੋਕ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਪਰ ਉਹਨਾਂ ਨੇ ਇਸ ਪ੍ਰਕਿਰਿਆ ਦੇ ਜਨਤਕ ਹੋਣ 'ਤੇ ਸਵਾਲ ਜ਼ਰੂਰ ਉਠਾਏ ਨੇ ਕਿ ਇਹ ਜਿਹੜੀ ਪ੍ਰਕਿਰਿਆ ਆ ਇਹ ਮੀਡੀਆ 'ਚ ਨਹੀਂ ਆਉਣੀ ਚਾਹੀਦੀ, ਇਹ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਜਿਹੜੀਆਂ ਇੰਨੀ ਜਲਦੀ ਜਨਤਕ ਨਹੀਂ ਹੋਣੀਆਂ ਚਾਹੀਦੀਆਂ। ਉਹਦੀ ਉਹਨਾਂ ਦਾ ਕੀ ਵਜ੍ਹਾ ਆ, ਪਰ ਮੈਨੂੰ ਇਹਦੇ 'ਚ ਇਹ ਲੱਗਦਾ ਆ ਕਿ ਜਿਹੜਾ ਭਾਰਤ ਦਾ ਮਾਹੌਲ ਆ ਉਹ ਬਹੁਤ ਸਿਕਿਉਰਿਟੀ ਵਾਲਾ, ਬਹੁਤ ਸੁਰੱਖਿਆ ਵਾਲਾ ਹੈ ਨਹੀਂ। ਅਸੀਂ ਦੇਖਿਆ ਬੀਤੇ ਦਿਨੀ ਇੱਕ ਸੈਸ਼ਨ ਕੋਰਟ ਦੇ ਇੱਕ ਜੱਜ ਦੀ ਇੱਕ ਆਟੋ ਵਾਲੇ ਨੇ ਟੱਕਰ ਮਾਰ ਕੇ ਉਹਨਾਂ ਦੀ ਉਹ ਮੌਤ ਹੋ ਗਈ ਸੀ, ਅਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਾਡੇ ਸਾਹਮਣੇ ਆਉਂਦੀਆਂ। ਅਤੇ ਸੁਪਰੀਮ ਕੋਰਟ ਬੀਤੇ ਦਿਨੀ CBI ਤੋਂ ਵੀ ਇਸ ਗੱਲ ਤੋਂ ਨਾਰਾਜ਼ ਸੀ ਕਿ ਜੱਜਾਂ ਦੀ ਸਿਕਿਉਰਿਟੀ ਲਈ ਤੁਸੀਂ ਜਿਹੜੀਆਂ ਫਾਈਲ ਹੁਣ ਤੱਕ ਜਿਹੜਾ ਕੇਸ ਫਾਈਲ ਕੀਤਾ ਉਹ ਦਰੁਸਤ ਨਹੀਂ ਹੈਗਾ। ਸੋ ਜਸਟਿਸ ਰਮਣਾ ਨੇ ਇਹ ਸਾਰੇ ਕੇਸ ਨੂੰ ਮੀਡੀਆ ਦੇ ਵਿੱਚ ਆਉਣ ਤੋਂ ਜਾਂ ਜੱਗ ਜ਼ਾਹਰ ਹੋਣ ਤੋਂ ਜਾਂ ਖਬਰਾਂ 'ਚ ਆਉਣ 'ਤੇ ਨਾਰਾਜ਼ਗੀ ਜ਼ਰੂਰ ਜ਼ਾਹਿਰ ਕੀਤੀ ਹੈ, ਅਤੇ ਮੈਂ ਖੁਦ ਕੱਲ੍ਹ ਇਸ ਗੱਲ ਤੋਂ ਥੋੜ੍ਹਾ ਜਿਹਾ ਨਾਰਾਜ਼ ਸੀ ਕਿ ਹਾਲੇ ਕੋਲਜੀਅਮ ਨੇ ਸਿਫਾਰਿਸ਼ ਕੀਤੀ ਹੈ, ਸਾਰਾ ਕੁਛ ਹਾਲੇ ਹੋਣਾ ਹੈ, ਜੇ ਉਹ ਸਾਰਾ ਕੁਛ ਅੰਡਰ ਦਾ ਲਾਈਨ ਸਾਰਾ ਕੁਛ ਠੀਕ ਠਾਕ ਚੱਲਦਾ ਹੈ, ਉਹਦੇ 'ਚ ਕੋਈ ਨਵੀਂ ਕੋਈ ਕੁਤਾਹੀ ਨਹੀਂ ਵਰਤੀ ਜਾਂਦੀ, ਕੋਈ ਸਰਕਾਰ ਇਹੋ ਜਿਹੀ ਨਹੀਂ ਆਉਂਦੀ ਜਿਹੜੀ ਉਹਨਾਂ ਨੂੰ ਸੀਨੀਓਰਿਟੀ ਨੂੰ ਭੰਗ ਕਰਕੇ ਕਿਸੇ ਹੋਰ ਨੂੰ ਬਣਾ ਦੇ ਜਾਂ ਕੋਈ ਸਿਫਾਰਿਸ਼ ਕਰ ਦੇ, ਤਦ ਵੀ ਇਹ ਜਿਹੜਾ ਪ੍ਰੋਸੈਸ ਆ 2027 'ਚ ਪੂਰਾ ਹੋਣਾ, ਅਤੇ ਹੁਣੇ ਅਸੀਂ ਉਸ ਚੀਜ਼ ਦੇ ਉੱਤੇ ਰੌਲਾ ਪਾਉਣ ਲੱਗ ਪਏ ਹਾਂ। ਜਦਕਿ ਰੌਲਾ ਪਾਉਣ ਦੀ ਵਜ੍ਹਾ ਹਰਪ੍ਰੀਤ ਜੀ ਇਹ ਵੀ ਆ ਕਿ 40-40% ਹਾਈ ਕੋਰਟਾਂ ਦੇ ਵਿੱਚ ਜੱਜਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ, ਬਿਲਕੁਲ 45 ਲੱਖ ਤੋਂ ਜ਼ਿਆਦਾ ਮਾਮਲੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਵਿੱਚ ਲੰਬਿਤ ਪਏ ਨੇ, ਉੱਥੇ ਪ੍ਰੋਸੈਸ ਇੰਨਾ ਸਲੋ ਚੱਲ ਰਿਹਾ। ਸਲੋ ਚੱਲਣ ਦੀ ਮੇਨ ਵਜ੍ਹਾ ਇਹੀ ਆ ਕਿ ਜੱਜਾਂ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਬਹੁਤ ਦੇਰ ਨਾਲ ਭਰੀਆਂ ਜਾਂਦੀਆਂ ਨੇ, ਬਹੁਤ ਸਲੋ ਪ੍ਰੋਸੈਸ ਆ, ਅਤੇ ਫਿਰ ਅਸੀਂ ਉਸ ਕਹਾਵਤ ਨੂੰ ਆਪ ਸਿੱਧ ਕਰਦੇ ਹਾਂ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਅਸੀਂ ਆਮ ਤੌਰ 'ਤੇ ਇਹ ਗੱਲ ਸਕੂਲ 'ਚ ਪੜ੍ਹਦੇ ਹਾਂ ਜਾਂ ਲਿਖਦੇ ਹਾਂ ਜਾਂ ਸੁਣਦੇ ਹਾਂ ਕਿ ਦੇਰ ਨਾਲ ਮਿਲਿਆ ਹੋਇਆ ਜਿਹੜਾ ਨਿਆਂ ਆ ਉਹ ਅਨਿਆਂ ਵਰਗਾ ਹੁੰਦਾ। ਸੋ ਮਹਿਲਾ ਜੱਜ ਦਾ ਬਣਨਾ ਇੱਕ ਚੰਗੀ ਗੱਲ ਆ, ਪਰ ਇਹਦੇ ਨਾਲ ਨਾਲ ਸਰਕਾਰ ਨੂੰ ਇਸ ਗੱਲ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਮੈਂ ਤਾਂ ਕਹਿੰਦਾ ਲੋਅਰ ਕੋਰਟਸ ਤੋਂ ਹੀ, ਚਾਹੇ ਉਹ ਲੋਅਰ ਕੋਰਟ ਆ, ਚਾਹੇ ਉਹ ਸੈਸ਼ਨ ਕੋਰਟ ਆ, ਚਾਹੇ ਉਹ ਮਾਣਯੋਗ ਹਾਈ ਕੋਰਟ ਆ, ਚਾਹੇ ਉਹ ਸੁਪਰੀਮ ਕੋਰਟ ਆ, ਉੱਥੇ ਤੇ ਜਿਸ ਦਿਨ ਇੱਕ ਜੱਜ ਨੇ ਰਿਟਾਇਰ ਹੋਣਾ ਆ ਉਸ ਤੋਂ ਇੱਕ ਦਿਨ ਪਹਿਲਾਂ ਨਿਯੁਕਤੀ ਹੋਈ ਹੋਣੀ ਚਾਹੀਦੀ ਹੈ ਕਿ ਅਗਲੇ ਦਿਨ ਉੱਥੇ ਕਿਸ ਬੰਦੇ ਨੇ ਆਉਣਾ, ਕਿਉਂਕਿ ਨਿਆਂ ਤੋਂ ਵੱਡੀ ਗੱਲ ਕੀ ਆ ਲੋਕਤੰਤਰ 'ਚ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਵੋਟਾਂ ਪਾ ਕੇ ਸਰਕਾਰ ਚੁਣ ਲੈਂਦੇ ਹਾਂ, ਅਤੇ ਸਭ ਤੋਂ ਜ਼ਿਆਦਾ ਅਸੀਂ ਜਿਸ ਚੀਜ਼ ਦੀ ਸਰਕਾਰ ਤੋਂ ਉਮੀਦ ਰੱਖਦੇ ਹਾਂ ਉਹ ਨਿਆਂ ਆ, ਬਿਲਕੁਲ ਉਹ ਸੱਚ ਆ, ਉਸ ਤੋਂ ਬਾਅਦ ਗੱਲਾਂ ਆਉਂਦੀਆਂ ਨੇ ਭੁੱਖ ਆ ਜਾਂ ਸਿਹਤ ਆ ਜਾਂ ਐਜੂਕੇਸ਼ਨ ਆ। ਜਦ ਤੱਕ ਸਾਨੂੰ ਨਿਆਂ ਹੀ ਨਹੀਂ ਮਿਲਦਾ ਤਦ ਤੱਕ ਅਸੀਂ ਬਰਾਬਰੀ 'ਤੇ ਨਹੀਂ ਆਉਂਦੇ, ਅਤੇ ਅਸੀਂ ਆਪਣੇ ਦੇਸ਼ ਨੂੰ ਲੋਕਤੰਤਰੀ ਦੇਸ਼ ਕਿੱਦਾਂ ਕਹਿ ਸਕਦੇ ਹਾਂ। ਸੋ ਲੋੜ ਹੈ ਜੁਡੀਸ਼ੀਅਲ ਸਿਸਟਮ ਨੂੰ ਬਿਲਕੁਲ ਅਪਡੇਟ ਕਰਨ ਦੀ, ਬਿਲਕੁਲ ਅਪ ਟੂ ਡੇਟ ਰੱਖਣ ਦੀ। ਜੀ ਬਿਲਕੁਲ, ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜ਼ਿੰਦਗੀ, ਸਾਡੀ ਜ਼ਿੰਦਗੀ ਜੀ। ਅਸਲ 'ਚ ਜੇ ਦੇਖਿਆ ਜਾਏ ਤਾਂ ਪਾਣੀ ਸਾਡੀ ਜ਼ਿੰਦਗੀ ਗਿਣਿਆ ਜਾਂਦਾ ਕਿ ਬੰਦਾ ਕਹਿੰਦਾ ਰੋਟੀ ਤੋਂ ਬਿਨਾਂ ਤਾਂ ਬੰਦਾ ਰਹਿ ਸਕਦਾ ਪਰ ਪਾਣੀ ਤੋਂ ਬਿਨਾਂ ਨਹੀਂ ਬੰਦਾ ਰਹਿ ਸਕਦਾ। ਪਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ, 5 ਪਾਣੀਆਂ ਦੀ ਇਹ ਧਰਤੀ, ਅਤੇ ਅੱਜ ਇੱਥੇ ਪਾਣੀ ਇੰਨਾ ਦੂਸ਼ਿਤ ਹੋ ਚੁੱਕਾ ਹੈ ਕਿ ਕੱਲ੍ਹ ਰਿਪੋਰਟ ਆਈ ਹੈ ਕਿ ਜਿਹਦੇ ਵਿੱਚ 80% ਸੈਂਪਲ ਫੇਲ ਹੋ ਚੁੱਕੇ ਹੈ ਪਾਣੀ ਦੇ, ਅਤੇ ਦੱਸੋ ਤੁਸੀਂ ਲੋਕਾਂ ਦਾ ਕੀ ਹਾਲ ਹੋਏਗਾ।
ਇਹ ਰਿਪੋਰਟ ਆਉਣ ਤੋਂ ਬਾਅਦ ਕਿਧਰੇ ਨਾ ਕਿਧਰੇ ਜਾ ਕੇ ਲੋਕਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਅੱਜ ਵੀ ਇੰਨੀ ਤਰੱਕੀ ਕਰਨ ਦੇ ਬਾਵਜੂਦ ਵੀ ਜੇ ਅਸੀਂ ਸਾਨੂੰ ਸਾਫ਼ ਪਾਣੀ ਹੀ ਨਹੀਂ ਮਿਲ ਰਿਹਾ ਤਾਂ ਅਸੀਂ ਹੋਰ ਕੀ ਉਮੀਦ ਕਰਾਂਗੇ। ਦੇਖੋ ਹਰਪ੍ਰੀਤ ਜੀ, ਜਿਹੜੀ ਤੁਸੀਂ ਤਰੱਕੀ ਦੀ ਗੱਲ ਕੀਤੀ ਨਾ, ਇਹ ਤਰੱਕੀ ਖਾ ਗਈ ਸਾਡਾ ਪਾਣੀ ਜੀ। ਠੀਕ ਹੈ ਨਾ, ਕੋਈ ਸਮਾਂ ਹੁੰਦਾ ਸੀ ਕਿ ਪਾਣੀ ਸਾਨੂੰ ਦਰਿਆਵਾਂ ਦੇ ਵਿੱਚੋਂ ਮਿਲਦਾ, ਸਾਫ਼ ਸੁਥਰਾ ਆਉਂਦਾ ਸੀ, ਸਾਫ਼ ਸੁਥਰਾ ਹੁੰਦਾ ਸੀ। ਦਰਿਆਵਾਂ ਤੋਂ ਵੀ ਬਾਅਦ ਬਜ਼ੁਰਗ ਦੱਸਦੇ ਹੁੰਦੇ ਸਾਡੇ ਕਿ ਜਿੱਦਾਂ ਕੱਪੜਾ ਜਿਹਾ ਰੱਖ ਲੈਂਦੇ ਹੁੰਦੇ ਸੀਗੇ, ਥੱਪ ਥਫਾਉਂਦੇ ਹੁੰਦੇ ਸੀ, ਧਰਤੀ ਉੱਪਰ ਪਾਣੀ ਆ ਜਾਂਦਾ ਹੁੰਦਾ ਸੀ ਅਤੇ ਉਹ ਹੀ ਪੀ ਕੇ ਗੁਜ਼ਾਰਾ ਕਰਦੇ ਹੁੰਦੇ ਸੀ। ਫਿਰ ਪਾਣੀ ਨੂੰ ਅਸੀਂ ਹੌਲੀ 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 ਖੂਹਾਂ ਦੇ ਵਿੱਚ ਲਿਆਂਦਾ, ਫਿਰ ਬੰਬੀਆਂ ਲੱਗ ਗਈਆਂ, ਮੋਟਰਾਂ ਆ ਗਈਆਂ, ਸਮਰਸੀਬਲ ਆ ਗਏ, ਫਿਰ ਹੌਲੀ 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 ਪਾਣੀ ਜਿਹੜੇ ਸਾਡੇ ਆ ਉਹ ਬੋਤਲਾਂ ਦੇ ਵਿੱਚ ਆ ਗਏ, ਫਿਰ ਕੱਪਾਂ ਦੇ ਵਿੱਚ ਆ ਗਏ, ਖਾਦਾਂ ਆ ਗਈਆਂ, ਤਰੱਕੀ ਆ ਗਈਆਂ। ਜਿਹੜੀ ਤਰੱਕੀ ਆ, ਇਸ ਤਰੱਕੀ ਨੇ ਸਾਡਾ ਪਾਣੀ ਸਾਡੇ ਕੋਲੋਂ ਖੋਹ ਲਿਆ। ਜਿੰਨੀਆਂ ਅਸੀਂ ਖਾਦਾਂ ਵਰਤੀ ਜਾਂਦੇ ਹਾਂ, ਜਿੰਨੀਆਂ ਇਕੱਲੇ ਕਿਸਾਨ ਜ਼ਿੰਮੇਵਾਰ ਨੇ ਜੀ, ਇਹ ਫੈਕਟਰੀਆਂ ਵਾਲੇ ਵੀ, ਠੀਕ ਹੈ, ਬਹੁਤ ਵੱਡੇ ਪੱਧਰ 'ਤੇ ਕੈਮੀਕਲ ਜਿਹੜਾ ਹੈਗਾ ਆ ਉਹ ਜ਼ਮੀਨ ਦੇ ਵਿੱਚ ਪਾ ਰਹੇ ਨੇ, ਪਾਣੀਆਂ ਦੇ ਵਿੱਚ ਪਾ ਰਹੇ ਨੇ, ਔਰ ਉਹ ਜਾਣਾ ਕਿੱਥੇ? ਧਰਤੀ ਹੇਠਾਂ ਹੀ ਜਾਣਾ। ਔਰ ਜਿੰਨਾ ਸਾਡੇ ਇਹ ਕੈਮੀਕਲ ਸਾਡੀ ਧਰਤੀ ਦੇ ਉੱਪਰ ਸੁੱਟਿਆ ਜਾ ਰਿਹਾ, ਉਹ ਸਾਰੇ ਦਾ ਸਾਰਾ ਹੇਠਾਂ ਜਾ ਰਿਹਾ। ਉਹਦੇ ਨਾਲ ਸਾਡੇ ਪਾਣੀ, ਸਾਡੇ ਪੱਤਣ ਖਰਾਬ ਹੋ ਗਏ। ਪੀਣ ਵਾਲਾ ਪਾਣੀ ਜਿਹੜਾ ਕਦੇ ਉੱਪਰ ਹੀ ਤੁਰਿਆ ਫਿਰਦਾ ਹੁੰਦਾ ਸੀ, ਅੱਜ ਅਸੀਂ ਘਰਾਂ ਦੇ ਵਿੱਚ ਵੀ ਜੇਕਰ ਕੋਈ ਬੋਰ ਕਰਾਉਂਦੇ ਹਾਂ ਉਹ ਕਿੰਨੇ ਕਿੰਨੇ 100 ਫੁੱਟ ਥੱਲੇ ਜਾ ਕੇ ਸਾਨੂੰ ਪਾਣੀ ਲੱਭਦਾ। ਬਿਲਕੁਲ ਠੀਕ ਹੈ, ਔਰ ਉਹ ਵੀ ਫਿਰ ਸਾਨੂੰ ਕੋਈ ਆਸ ਨਹੀਂ ਹੁੰਦੀ ਕਿ ਚੰਗਾ ਮਿਲੇ। ਸਰਕਾਰਾਂ ਆਪਣੇ ਪੱਧਰ 'ਤੇ ਕੋਸ਼ਿਸ਼ ਕਰਦੀਆਂ ਕਿ ਅਸੀਂ RO ਲਵਾ ਦਈਏ, ਫਲਾਨਾ ਕਰ ਦਈਏ। ਇਹ ਜਿਹੜੇ ਮੁੱਦੇ ਨੇ ਇਹ ਸਾਡੇ ਨੈਸ਼ਨਲ ਮੁੱਦੇ ਨੇ, ਕੌਮੀ ਮੁੱਦੇ ਨੇ, ਪਰ ਇਹਨਾਂ ਮੁੱਦਿਆਂ ਦੇ ਉੱਪਰ ਅੱਜ ਤੱਕ ਕੋਈ ਵੀ ਲੀਡਰ, ਕੋਈ ਵੀ ਪਾਰਟੀ, ਕੋਈ ਵੀ ਸਿਆਸਤਦਾਨ ਬੋਲਦਾ ਹੋਇਆ ਨਜ਼ਰ ਤੁਹਾਨੂੰ ਨਾ ਵਿਧਾਨ ਸਭਾ ਦੇ ਵਿੱਚ ਆਉਣਾ, ਨਾ ਕਿਸੇ ਅਸੈਂਬਲੀ ਦੇ ਵਿੱਚ ਨਜ਼ਰ ਆਉਣਾ। ਇਹ ਸਾਡੀ ਇੱਕ ਬੇਸਿਕ ਜ਼ਰੂਰਤ, ਤੁਸੀਂ ਆਪ ਹੀ ਕਿਹਾ ਕਿ ਇਹ ਤੋਂ ਬਿਨਾਂ ਤਾਂ ਸਾਡੀ ਜ਼ਿੰਦਗੀ ਹੈ ਨਹੀਂ। ਰੋਟੀ ਤੋਂ ਬਿਨਾਂ ਤਾਂ ਗੁਜ਼ਾਰਾ ਹੋਜੂ, ਉਹ ਵੀ ਥੋੜ੍ਹੇ ਦਿਨ, ਪਰ ਪਾਣੀ ਤੋਂ ਬਿਨਾਂ ਤਾਂ ਗੁਜ਼ਾਰਾ ਸਾਡਾ ਹੈ ਹੀ ਨਹੀਂ। ਇੱਕ ਦਿਨ ਇੱਕ ਘੜੀ ਨਹੀਂ ਲੰਘਦੀ ਸਾਡੀ, ਠੀਕ ਹੈ। ਅਤੇ ਜੇਕਰ ਸਾਡੇ ਪਾਣੀ ਦੇ, ਜਿਵੇਂ ਤੁਸੀਂ ਦੱਸਿਆ ਵੀ ਇਹ 70% ਤੋਂ ਜ਼ਿਆਦਾ ਜੇਕਰ ਸਾਡੇ ਸੈਂਪਲ ਹੀ ਫੇਲ ਹੋ ਗਏ, ਅੱਜ ਲੋਕਾਂ ਦਾ ਪਾਣੀ ਜੇਕਰ ਭਰ ਕੇ ਰੱਖਦੇ ਹੋ ਅਤੇ ਬਾਲਟੀਆਂ ਦੇ ਵਿੱਚ ਉਹ ਪੀਲਾ ਹੋ ਜਾਂਦਾ, ਬਿਲਕੁਲ, ਚਿੱਟੀ ਬਾਲਟੀ ਦੇ ਵਿੱਚ ਪਾ ਕੇ ਰੱਖਦੇ ਹੋ ਅਤੇ ਬਾਲਟੀ ਪੀਲੀ ਹੋ ਜਾਂਦੀ, ਬਿਲਕੁਲ, ਤੁਹਾਡੀਆਂ ਟੈਂਕੀਆਂ ਦੇ ਉੱਪਰੋਂ ਪਾਣੀ ਲੀਕ ਹੁੰਦਾ ਅਤੇ ਆਲੇ ਦੁਆਲੇ ਪੀਲੀਆਂ ਧਰਾਲਾਂ ਵਗੀਆਂ ਹੁੰਦੀਆਂ। ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਐਸਾ ਹੈਗਾ ਕਿ ਜਿੱਥੋਂ ਲੋਕ ਜਦੋਂ ਕੰਮਾਂ ਕਾਰਾਂ 'ਤੇ ਨਿਕਲਦੇ ਆ ਆਪਣੇ ਮਗਰ ਕੈਨੀਆਂ ਰੱਖਦੇ ਆ, ਕੈਨੀਆਂ ਰੱਖਦੇ ਆ, ਉਹ ਨਹਿਰਾਂ ਦੇ ਵਿੱਚੋਂ ਪਾਣੀ ਭਰ ਕੇ ਲਿਆਉਂਦੇ ਆ ਜੀ। ਇੱਥੇ ਤੱਕ ਹਾਲਾਤ ਨੇ ਸਾਡੇ, ਸਾਡੇ ਘਰਾਂ ਦੇ ਵਿੱਚੋਂ ਨਲਕੇ ਖਤਮ, ਮੋਟਰਾਂ ਦਾ ਪਾਣੀ ਖਰਾਬ ਆ, ਔਰ ਹੁਣ ਅਸੀਂ ਹਰ ਘਰ ਦੇ ਵਿੱਚ, ਹਰ ਇੱਕ ਘਰ ਦੇ ਵਿੱਚ ਜਿਹੜੇ ਆ ਫਿਲਟਰ ਜਿਹੇ ਟੰਗੇ ਹੋਏ ਆ, ਡਾਕਟਰ ਤਾਂ ਕਹਿੰਦੇ ਆ ਕਿ ਇਹ ਫਿਲਟਰ ਦਾ ਪਾਣੀ ਨਾ ਪੀਓ, ਨਾ ਪੀਓ, RO ਦਾ ਪਾਣੀ ਨਾ ਪੀਓ, ਨਾ ਪੀਓ, ਪਰ ਜੇਕਰ ਉਹ ਨਾ ਪੀਣ ਤਾਂ ਹਰ ਘਰ ਦੇ ਵਿੱਚ ਲਾਜ਼ਮੀ ਹੈ ਕਿ ਬੰਦੇ ਬਚਦੇ ਨਹੀਂ, ਇੰਨਾ ਗੰਦਾ ਹੋ ਗਿਆ ਪਾਣੀ ਸਾਡਾ। ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਜਾਣਦੇ ਵੀ ਹਾਂ, ਸਮਝਦੇ ਵੀ ਹਾਂ, ਪਰ ਅਸੀਂ ਉਸ ਦੌੜ ਦੇ ਵਿੱਚ ਚਲੇ ਗਏ ਹਾਂ ਜਿਹਨੂੰ ਯੋਗੀ ਸਾਹਿਬ ਨੇ ਹੁਣੀ ਆਜ਼ਾਦੀ ਕਿਹਾ, ਤਰੱਕੀ ਕਿਹਾ, ਅਸੀਂ ਜਿਹੜੇ ਸਾਡੇ ਲੀਡਰ ਨੇ ਉਹਨੂੰ ਵਿਕਾਸ ਕਹਿੰਦੇ ਨੇ, ਪਰ ਅਸਲ ਦੇ ਵਿੱਚ ਅਸੀਂ ਉਹ ਜਿਹੜਾ ਵਿਕਾਸ ਕਰ ਰਹੇ ਹਾਂ ਸੀਮਟ ਦੇ ਜੰਗਲ ਬਣਾਏ ਜਾ ਰਹੇ ਹਾਂ, ਅਤੇ ਜਾਂ ਫਿਰ ਤੁਸੀਂ ਇੱਦਾਂ ਕਹਿ ਸਕਦੇ ਹਾਂ ਕਿ ਅਸੀਂ ਕੁਦਰਤ ਦੇ ਨਾਲ ਇੱਕ ਲੜਾਈ ਛੇੜੀ ਹੋਈ ਹੈ। ਹਾਲੇ ਸਾਨੂੰ ਆਪਣਾ ਆਪ ਜੇਤੂ ਪ੍ਰਤੀਤ ਹੁੰਦਾ ਕਿ ਅਸੀਂ ਬਿਲਡਿੰਗਾਂ ਬਣਾ ਲਈਆਂ, ਅਸੀਂ ਤਰੱਕੀ ਕਰ ਲਈ, ਅਸੀਂ ਖੇਤੀ ਦੀ ਜਿਹੜੀ ਉਪਜ ਆ ਉਹ ਵਧਾ ਲਈ, ਅਸੀਂ ਖਾਦਾਂ ਇਜਾਦ ਕਰ ਲਈਆਂ, ਅਸੀਂ ਦਵਾਈਆਂ ਇਜਾਦ ਕਰ ਲਈਆਂ, ਪਰ ਅਸਲ ਦੇ ਵਿੱਚ ਜਦੋਂ ਅਸੀਂ ਉਹ ਫਿਰ ਉਸ ਇੱਕ ਸਰਕਲ ਪੂਰਾ ਕਰਕੇ ਵਾਪਸ ਆ ਕੇ ਦੇਖਿਆ 30-40 ਸਾਲ ਬਾਅਦ, ਅਤੇ ਜਿਹੜੀ ਉਹ ਪਵਨ ਗੁਰੂ ਪਾਣੀ ਪਿਤਾ ਜਿਹੜਾ ਉਹ ਸਾਡਾ ਪਿਤਾ ਸੀ ਜਿਹਦੇ ਨਾਲ ਸਾਡੀ ਜ਼ਿੰਦਗੀ ਚੱਲਦੀ ਆ, ਉਹ ਜਿਹੜਾ ਆ 80% ਤੱਕ ਖਰਾਬ ਹੋ ਗਿਆ। ਅਸੀਂ ਬੀਤੇ ਦੇ ਵਿੱਚ ਦੇਖਿਆ ਮਹਾਰਾਸ਼ਟਰ ਦੇ ਵਿੱਚ ਮਰਾਠਵਾੜਾ ਖੇਤਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡ ਛੱਡ ਦਿੱਤੇ ਕਿਉਂਕਿ ਪਾਣੀ ਉੱਥੇ ਪੀਣ ਜੋਗਾ ਬਚਿਆ ਹੀ ਨਹੀਂ ਸੀ। ਉਹਨਾਂ ਨੇ ਆ ਕੇ ਕਿਸੇ ਵੱਡੇ ਸ਼ਹਿਰ ਦੇ ਦੁਆਲੇ ਝੁੱਗੀਆਂ ਝੱਗੀਆਂ ਪਾ ਲਈਆਂ ਅਤੇ ਉਹ ਕਹਿੰਦੇ ਰੋਟੀ ਦੇ ਕਿਸੇ ਤਰੀਕੇ ਨਾਲ ਕਮਾ ਲਾਂਗੇ, ਪਾਣੀ ਦੇ ਇੱਥੇ ਪੀਣ ਨੂੰ ਮਿਲਦਾ ਨਾ। ਸੋ ਜੇ 80% ਸੈਂਪਲ ਪੀਣ ਵਾਲੇ ਪਾਣੀ ਦੇ ਪੰਜਾਬ 'ਚ ਫੇਲ ਹੁੰਦੇ ਨੇ ਤਾਂ ਇਹਦੇ ਬਾਰੇ ਸਰਕਾਰਾਂ ਸੋਚਣ, ਇਸ ਤੋਂ ਪਹਿਲਾਂ ਸਾਨੂੰ ਆਪ ਨੂੰ ਸੋਚਣਾ ਪਵੇਗਾ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਹਦੇ ਲਈ ਇੰਡਸਟਰੀ ਵੀ ਜ਼ਿੰਮੇਵਾਰ ਆ, ਕਿਸਾਨ ਵੀ ਜ਼ਿੰਮੇਵਾਰ ਆ, ਪਰ ਅਸੀਂ ਸਾਰੇ ਜ਼ਿੰਮੇਵਾਰ ਹਾਂ। ਜੇਕਰ ਅਸੀਂ ਇਸ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਅਸੀਂ ਇਸ ਗੱਲ ਨੂੰ ਸਮਝਦੇ ਹਾਂ ਹਰਪ੍ਰੀਤ ਜੀ ਕਿ ਅਸੀਂ ਇਹ ਜਿਹੜੀ ਕ੍ਰਾਂਤੀ ਦੀ ਸ਼ੁਰੂਆਤ ਆ ਉਹ ਨਿੱਜ ਤੋਂ ਹੁੰਦੀ ਹੈ। ਬਿਲਕੁਲ, ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਅਸੀਂ ਖੇਤੀ ਦੀ ਗੱਲ ਕਰਦੇ ਹਾਂ, ਪਰ ਅਸੀਂ ਆਪ ਕੀ ਕਦੀ ਕੋਈ ਚੱਲਦੀ ਹੋਈ ਟੁੱਟੀ ਬੰਦ ਕੀਤੀ?
ਕਿ ਅਸੀਂ ਕਦੀ ਇਹ ਕੋਸ਼ਿਸ਼ ਕੀਤੀ ਕਿ ਜਿੰਨੇ ਕੁ ਸਾਡੇ ਪਾਣੀ ਦੀ ਜ਼ਰੂਰਤ ਹੈ ਅਸੀਂ ਉਨੇ ਕੁ ਪਾਣੀ ਨਾਲ ਹੀ ਨਹਾ ਲਈਏ ਰਾਦਰ ਦੈਨ ਕਿ ਅਸੀਂ ਉਸ ਸ਼ਾਵਰ ਨੂੰ ਛੱਡ ਕੇ ਤੇ ਬਾਹਰ ਘੁੰਮੀ ਜਾਈਏ। ਬਿਲਕੁਲ ਸਰਕਾਰਾਂ ਨੂੰ ਅਸੀਂ ਇਹ ਇੱਕ ਸੌਖਾ ਕੰਮ ਆ ਕਿ ਦੂਜੇ ਨੂੰ ਪੁਆਇੰਟ ਆਊਟ ਕਰ ਦੇਣਾ, ਪਰ ਅਸੀਂ ਜੇ ਸਾਰੇ ਹੀ ਬਦਲਾਂਗੇ ਫੇਰ ਹੀ ਗੱਲ ਬਣਨੀ ਆ, ਨਹੀਂ ਤਾਂ ਫਿਰ ਪ੍ਰੋਗਰਾਮ ਦਾ ਸਮਾਂ ਮੁੱਕ ਗਿਆ ਤੇ ਇਦਾਂ ਹੀ ਕਰਦਿਆਂ ਕਰਦਿਆਂ ਪਾਣੀ ਵੀ ਮੁੱਕ ਜਾਣਾ। ਬਿਲਕੁਲ ਅਮਿਤ ਸ਼ਰਮਾ ਜੀ ਤੇ ਜੋਗੀ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕੀਤੇ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਕੱਲ੍ਹ ਨਵੀਆਂ ਖਬਰਾਂ ਤੇ ਨਵੀਂ ਚਰਚਾ ਦੇ ਲਈ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਲਈ ਇਜਾਜ਼ਤ ਦਿਓ, ਸ਼ੁਕਰੀਆ।